ਸਰਕਾਰ ਜੋ ਦੱਸ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਾਂ ਉਹਨਾਂ ਦੀ ਜੋ ਵੀ ਰਿਪੋਰਟ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਿਸਾਨਾਂ ਨੇ ਆਪਣੇ ਟਰੈਕਟਰ ਮੋਡੀਫਾਈ ਕੀਤੇ ਹੋਏ ਨੇ, ਉਸ ਦੇ ਵਿੱਚ ਬਹੁਤ ਵਿਸਫੋਟਕ ਸਮੱਗਰੀਆਂ ਨੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ। ਜਿਹੜੀ ਪੈਰਾਮਿਲਟਰੀ ਫੋਰਸਿਸ ਸਾਡੇ 'ਤੇ ਲਾਈਆਂ ਹੋਈਆਂ, ਅਸੀਂ ਕਹਿੰਦੇ ਕੋਈ ਵੀ ਦਾਅਵਾ ਕਰਦਾ ਆ ਜੇ, ਇੱਥੋਂ ਸਾਰੀਆਂ ਟਰਾਲੀਆਂ ਚੈੱਕ ਕਰ ਲਈ ਨੇ ਵੀ ਕਿਹੜੀ ਵਿਸਫੋਟਕ ਸਮੱਗਰੀ ਹੈਗੀ ਹੈ। ਸਭ ਤੋਂ ਮੁੱਢਲੀ ਮੰਗ MSP ਹੈ, ਇਸ ਦੇ ਬਾਰੇ ਤੁਸੀਂ ਕਿਉਂ ਜ਼ੋਰ ਪਾ ਰਹੇ ਹੋ, ਤੁਹਾਡੇ ਮੁਤਾਬਕ ਇਹ ਕਿਉਂ ਜ਼ਰੂਰੀ ਹੈ? ਕਾਨੂੰਨ ਬਣਾ ਦਿਓ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਤੁਸੀਂ ਅਨਾਊਂਸਮੈਂਟ ਕਰ ਰਹੇ ਜੇ ਉਹ ਗਰੰਟੀ ਬਣ ਜਾਵੇ ਵੀ ਜਿਹੜਾ ਤੁਸੀਂ ਭਾਅ ਦੇ ਰਹੇ ਜਿਹਨੂੰ ਕਹਿੰਦੇ ਘੱਟੋ ਘੱਟ ਲਾਗਤ ਖਰਚਾ, ਇਹ ਵੱਧ ਨਹੀਂ, ਠੀਕ ਨਹੀਂ ਹੈ ਨਾ ਗੁਜ਼ਾਰਾ ਇਹਦੇ ਨਾਲ, ਪਰ ਇੱਕ ਉਹ ਤਾਂ ਸ਼ਿਓਰਟੀ ਹੋ ਜੂਗੀ ਕਿਉਂਕਿ ਉਹਨਾਂ ਨੇ ਖੇਤੀ ਸੈਕਟਰ 'ਤੇ ਵਰਕ ਹੀ ਨਹੀਂ ਕੀਤਾ, ਖੇਤੀ ਸੈਕਟਰ ਨੂੰ ਕੁਛ ਦੇਣਾ ਹੀ ਨਹੀਂ ਚਾਹੁੰਦੇ। ਸਵਾਮੀਨਾਥਨ ਜੀ ਕਹਿੰਦੇ ਆ ਵੀ ਮੰਨ ਲਓ ਕਿਸਾਨ ਦਾ ਰੁਪਈਆ ਖਰਚਾ ਆ ਰਿਹਾ, ਜਿੰਨੀ ਉਹਦੀ ਲਾਗਤ ਲੱਗ ਰਹੀ ਤੁਸੀਂ 50 ਪੈਸੇ ਉੱਤੇ ਦੇ ਦਿਓ, ਫਾਰਮੂਲਾ ਸਿੱਧਾ ਜਿਹਾ, ਹੋਰ ਕੁਛ ਨਹੀਂ ਫਾਰਮੂਲਾ। ਪਿਛਲੇ ਅੰਦੋਲਨ 'ਚ 11 ਦਸੰਬਰ ਨੂੰ 9 ਤੋਂ 11 ਚਿੱਠੀ ਜਿਹੜੀ ਆ ਰਹੀ ਆ ਉਹ 'ਚ MSP ਕਮੇਟੀ ਬਣਾ ਕੇ ਤੁਹਾਨੂੰ ਦੇ ਦਿਆਂਗੇ, ਇਹ ਵਾਅਦਾ ਸਰਕਾਰ ਦਾ, ਫਿਰ ਹੁਣ ਅੱਜ ਵੀ ਅੱਜ ਕਿਉਂ ਨਹੀਂ ਬਣ ਰਿਹਾ, ਇਹਦਾ ਸਵਾਲ ਉਹਨਾਂ 'ਤੇ। WTO ਦੀ ਇਹ ਖੇਡ ਹੈ ਜਿਸ ਦੇ ਬਾਰੇ ਤੁਸੀਂ ਵੀ ਇਹ ਮੰਗ ਇਹ ਵੀ ਕੀਤੀ ਹੈ ਕਿ ਇਸ ਦੇ ਵਿੱਚੋਂ ਅਸੀਂ ਉਹਨਾਂ ਤੋਂ ਇੱਕ ਖਹਿੜਾ ਛਡਾ ਲਈਏ, ਉਸ ਤੋਂ ਵੱਖ ਹੋਵੋ, ਤੁਹਾਡਾ ਤਰਕ ਕੀ ਹੈ? ਜਿਹੜੇ ਸਰਕਾਰ ਨੇ ਸਮਝੌਤੇ ਕੀਤੇ ਨੇ ਉਹ ਉਹਨਾਂ ਦੇ ਆੜੇ ਆਉਣੇ ਨੇ। WTO ਦੇ ਵਿੱਚ ਅਮਰੀਕਾ ਨੇ ਆਪਦੇ ਹਿਸਾਬ ਨਾਲ ਸਾਰਾ ਕੁਛ ਸੈੱਟ, ਆਪਦੇ ਕਿਸਾਨ ਨੂੰ ਤਾਂ ਉਹ ਗ੍ਰੀਨ ਡੱਬੇ ਦੇ ਵਿੱਚ $60,000 ਦੇਣ ਗਿਆ ਸਲਾਹ। WTO ਦੀ ਨੀਤੀ 'ਚੋਂ ਖੇਤੀ ਨੂੰ ਬਾਹਰ ਕੱਢ ਲਓ, ਤੁਸੀਂ ਆਪਦਾ ਮਾਡਲ ਬਣਾਓ ਆਪਣੇ ਦੇਸ਼ ਦੇ ਹਿਸਾਬ ਨਾਲ, ਜਿਹੜੇ ਤੁਹਾਡੇ ਛੋਟੇ ਕਿਸਾਨਾਂ ਲਈ, ਆਮ ਕਿਸਾਨਾਂ ਲਈ ਠੀਕ ਹੋ ਸਕੇ। ਜੇ ਇੰਡੀ ਬਦਹਾਲ ਜ਼ਿੰਦਗੀ ਹੈਗੀ ਹੈ ਉਸਦੇ ਬਾਵਜੂਦ ਇੱਕ ਫੂਡ ਸਿਕਿਉਰਿਟੀ ਲਗਾਤਾਰ ਪੰਜਾਬ ਦੇ ਕਿਸਾਨ ਦੇ ਰਹੇ ਨੇ, ਬਾਕੀ ਕਿਸਾਨ ਵੀ ਉਸੇ ਤਰ੍ਹਾਂ ਦੇ ਰਹੇ ਨੇ, ਪਰ ਸਰਕਾਰ ਉਸ ਦਰਦ ਨੂੰ ਕਿਉਂ ਨਹੀਂ ਸਮਝਣਾ ਚਾਹੁੰਦੀ? ਉਹਨਾਂ ਦੇ ਕਾਰਖਾਨੇ 'ਚੋਂ ਮਾਲ ਘੱਟ ਕੇ ਨਿਕਲਦਾ ਉਹ ਖਰਬਾਂ ਪਤੇ, ਸਾਡੇ ਕਾਰਖਾਨੇ 'ਚ ਮਾਲ ਕਿਲੋ ਪਾਇਆ 60 ਨਿਕਲਿਆ 40 ਨਿਕਲਿਆ, ਅਸੀਂ ਕਰਜਾਈ ਦੇ ਕਰਜਾਈ, ਫਿਰ ਰੀਜਨ ਤਾਂ ਲੱਭਣਾ ਚਾਹੀਦਾ। ਖੇਤੀ ਦਾ ਘਾਟੇਮੰਦ ਹੋਣਾ ਇਹ ਆਰਥਿਕਤਾ ਨਾਲ ਜੁੜੀ ਹੋਈ ਗੱਲ। ਨੈਰੇਟਿਵ ਤਾਂ ਇਹ ਵੀ ਖਤਰਨਾਕ ਹੈ ਵੀ ਤੁਸੀਂ ਇਹ ਕਿਉਂ ਮੰਨ ਕੇ ਚੱਲ ਰਹੇ ਹੋ ਵੀ ਕਿਸਾਨ ਸਾਦੀ ਰੋਟੀ ਹੀ ਖਾ ਰਹੇ? ਸਾਡੇ ਸਮਾਜ ਦੇ ਵਿੱਚ ਮਰਨਿਆਂ 'ਤੇ ਵਿਆਹਾਂ 'ਤੇ ਖਰਚ ਕਰਨਾ ਇਹ ਸਮਾਜਿਕ ਇਸ਼ੂ ਆ, ਇਹ ਦੋਵਾਂ ਨੂੰ ਰਲਗੱਡ ਨਹੀਂ ਕਰਨਾ। ਟੋਟਲ ਜਦੋਂ ਮੈਂ ਗੁੱਸਾ ਹੁੰਦਾ ਮੈਂ ਪ੍ਰੈਸ 'ਚ ਦੇਖਦਾ। ਖੇਤੀ ਸੰਕਟ ਉਹ ਨੀਤੀ ਕਰਕੇ ਸਰਕਾਰ ਦੀ ਕਰਕੇ ਫੇਲ ਹੋਇਆ, ਤੋ ਇਸ ਕਰਕੇ ਕਿਸਾਨਾਂ ਸਿਰ ਕਰਜ਼ਾ ਚੜ੍ਹਨਾ ਹੀ ਚੜ੍ਹਨਾ। ਹੋਰ ਮੰਗਾਂ ਦੇ ਵਿੱਚ ਆ ਰਿਹਾ ਕਿ 700 ਕਿਸਾਨ ਸ਼ਹੀਦ ਹੋਏ 2020 ਦੇ ਅੰਦੋਲਨ 'ਚ, 3 ਸਾਲਾਂ ਦੇ ਵਿੱਚ ਵੀ ਕੋਈ ਕਾਰਵਾਈ ਉਸ ਤਰ੍ਹਾਂ ਦੀ ਨਹੀਂ ਹੋਈ, ਤੋ ਉਹ ਵੀ ਤੁਹਾਡੀ ਇੱਕ ਮੰਗ ਹੈ, ਸਰਕਾਰ ਦਾ ਇਸ ਪੋਜੀਸ਼ਨ ਦੇ ਉੱਤੇ ਤਰਕ ਕੀ ਹੈ, ਤੁਹਾਨੂੰ ਕੀ ਜਵਾਬ ਨੇ? ਠੀਕ, ਇੱਕ ਵੱਡੇ ਮਸਲੇ ਨਹੀਂ ਹੈ, ਇਹ ਵੀ ਨਹੀਂ ਨਿਬੇੜੇ ਜਾ ਰਹੇ, ਹੁਣ ਸਰਕਾਰ ਦੀ ਨੀਅਤ ਕੀ ਹੈ? ਘਰ ਮੰਗਿਆ ਨਾ ਸੀ ਕੁਛ ਤਾਂ ਨਹੀਂ ਹੋਰ ਮੰਗਿਆ ਵੀ ਕਿਸਾਨ ਨੂੰ ਫਸਲ ਦਾ ਰੇਟ ਦੇ ਦਿਉ, ਮਜ਼ਦੂਰ ਰੁਜ਼ਗਾਰ ਦੇ ਦਿਉ, ਜਾਓ ਤੁਹਾਡਾ ਮੁਲਕ ਤਰੱਕੀ ਕਰੂਗਾ। ਪਰ ਨਾਲ ਪੈਨਸ਼ਨ ਲੈਣਾ ਉਹ ਲੱਗਦਾ ਕਿ ਇਹ ਇੱਕ ਤਰ੍ਹਾਂ ਦਾ ਦੋ ਗੱਲਾਂ ਆਪਾਂ ਵਿਰੋਧੀ ਗੱਲਾਂ ਨੇ।
ਜਿਹੜੇ ਖੇਤੀ 'ਚ ਕੰਮ ਕਰਨ ਵਾਲੇ ਲੋਕ ਨੇ ਜਦੋਂ ਬੁਢਾਪੇ ਦੀ ਉਮਰ 'ਚ ਜਾਣ ਕੰਮ ਕਰਨ ਦੇ ਲੋਕ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਹੋਵੇ। ਤੁਸੀਂ ਕੁਛ ਇਸ ਤਰ੍ਹਾਂ ਦਾ ਕਿਹਾ ਸੀ ਵੀ ਮੁੱਖ ਮੰਤਰੀ ਪੰਜਾਬ ਨੂੰ ਕਿ ਤੁਸੀਂ ਐਨ ਜੀ ਟੀ ਅਤੇ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਖੜ੍ਹੇ ਹੋ ਕੇ ਕਿਸਾਨਾਂ ਦੇ ਮਸਲੇ, ਉਹ ਮਸਲਾ ਕੀ ਸੀ? ਦੇਖੋ ਉਹਦੇ 'ਚ ਦੋ ਗੱਲਾਂ ਸੀ। ਉਹ ਕਹਿੰਦੇ ਪੋਲਿਊਸ਼ਨ ਐਕਟ ਦੇ ਵਿੱਚ ਉਹ ਸੀਗਾ ਖੇਤੀਬਾੜੀ, ਪੰਚਕੂਲਾ ਦੇ ਰਹਿਣ ਵਾਲੇ ਦੋ ਵਕੀਲਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਪਟੀਸ਼ਨਾਂ ਪਾਈਆਂ। ਇੱਕ ਨੇ ਪਟੀਸ਼ਨ ਪਾਈ ਹੈ ਕਿ ਸਰਕਾਰ ਕਿਸਾਨਾਂ ਨੂੰ ਕਿਵੇਂ ਰੋਕ ਸਕਦੀ ਹੈ ਉਹਨਾਂ ਦਾ ਅੰਦੋਲਨ ਕਰਨਾ, ਉਹਨਾਂ ਦਾ ਆਪਣੀਆਂ ਮੰਗਾਂ ਦੇ ਬਾਰੇ ਮੁਜ਼ਾਹਰਾ ਕਰਨਾ ਉਹਨਾਂ ਦਾ ਬੁਨਿਆਦੀ ਹੱਕ ਹੈ ਅਤੇ ਇਸ ਦੇ ਲਈ ਸਰਕਾਰ ਉਹਨਾਂ ਦੇ ਨਾਲ ਰੁਕਾਵਟ ਨਾ ਬਣੇ। ਇੱਕ ਪਟੀਸ਼ਨ ਇਹ ਪਾਈ ਹੈ ਕਿ ਕਿਸਾਨ ਰੋਡ ਬਲੋਕ ਕਿਵੇਂ ਕਰ ਸਕਦੇ ਨੇ, ਇਸ ਦੇ ਨਾਲ ਆਵਾਜਾਈ ਠੱਪ ਹੋ ਰਹੀ ਹੈ ਅਤੇ ਰੋਡ ਛੇਤੀ ਤੋਂ ਛੇਤੀ ਖੁਲਵਾਏ ਜਾਣ। ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਦੋ ਪਟੀਸ਼ਨਾਂ ਵੱਖ ਵੱਖ ਪੱਧਰ ਦੇ ਉੱਤੇ ਚੱਲ ਰਹੀਆਂ ਨੇ। ਇਸ ਦੇ ਨਾਲ ਹੀ ਅਖਬਾਰਾਂ ਦੇ ਵਿੱਚ ਜੋ ਜ਼ਿਕਰ ਹੈ ਉਹ ਵੱਖ ਵੱਖ ਪੱਧਰ ਦੇ ਉੱਤੇ ਅਸੀਂ ਵੇਖ ਰਹੇ ਹਾਂ ਕਿ 20,000 ਦੇ ਨੇੜੇ ਤੇੜੇ ਦਾ ਕਿਸਾਨਾਂ ਦਾ ਇਕੱਠ ਸ਼ੰਭੂ ਬਾਰਡਰ ਦੇ ਉੱਤੇ ਹੈ। ਇੱਕ ਰਿਪੋਰਟ ਦੇ ਮੁਤਾਬਕ 1,000 ਤੋਂ ਉੱਪਰ ਟਰਾਲੀ ਹੈ, ਪਰ ਇੱਥੇ ਮੈਨੂੰ ਲੱਗਦਾ ਕਿ 1,000 ਤੋਂ ਵੱਧ ਟਰੈਕਟਰ ਨੇ, ਟਰਾਲੀਆਂ ਨੇ। ਇਸੇ ਤਰ੍ਹਾਂ ਜੋ 5-6,000 ਦਾ ਇਕੱਠ ਖਨੌਰੀ ਦੱਸਿਆ ਜਾ ਰਿਹਾ ਉਹ 10,000 ਦੇ ਨੇੜੇ ਤੇੜੇ ਇਕੱਠ ਪਹੁੰਚ ਚੁੱਕਾ ਅਤੇ ਉੱਥੇ 20,000 ਦੇ ਨੇੜੇ ਤੇੜੇ ਟਰੈਕਟਰ ਟਰਾਲੀਆਂ ਹੈਗੀਆਂ ਨੇ। ਸੋ ਇੱਕ ਨੈਰੇਟਿਵ ਬਿਰਤਾਂਤ ਇਹ ਚੱਲ ਰਿਹਾ ਕਿ ਕਿਸਾਨ ਤਾਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਨੂੰ ਜਾ ਰਹੇ ਨੇ ਅਤੇ ਉਹਨਾਂ ਨੇ ਇਸ ਚੀਜ਼ ਨੂੰ ਨਾਅਰਾ ਦਿੱਤਾ ਹੈ ਕਿ ਦਿੱਲੀ ਚੱਲੋ। ਬਹੁਤ ਸਾਲ ਪਹਿਲਾਂ ਸੁਭਾਸ਼ ਚੰਦਰ ਬੋਸ ਉਹਨਾਂ ਨੇ ਕਿਹਾ ਸੀ ਕਿ ਚਲੋ ਦਿੱਲੀ। ਸ਼ਬਦਾਂ ਦਾ ਇੱਧਰ ਦਾ ਉੱਧਰ ਹੋ ਸਕਦਾ, ਪਰ ਇੱਕ ਬੁਨਿਆਦੀ ਹੱਕਾਂ ਦੇ ਲਈ ਮਨੁੱਖੀ ਸੱਭਿਅਤਾ ਦੇ ਅੰਦਰ ਆਪੋ ਆਪਣੀਆਂ ਲੜਾਈਆਂ ਨੇ ਅਤੇ ਉਹ ਲੜਾਈਆਂ ਲੋਕਤੰਤਰਕ ਢੰਗ ਦੇ ਨਾਲ ਜਾਇਜ਼ ਵੀ ਨੇ। ਪਰ ਇਸ ਸਾਰੀ ਰਿਪੋਰਟ ਦੇ ਵਿੱਚ ਸਰਕਾਰ ਜੋ ਕਹਿ ਰਹੀ ਹੈ, ਸਰਕਾਰ ਜੋ ਦੱਸ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਾਂ ਉਹਨਾਂ ਦੀ ਜੋ ਵੀ ਰਿਪੋਰਟ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਿਸਾਨਾਂ ਨੇ ਆਪਣੇ ਟਰੈਕਟਰ ਮੋਡੀਫਾਈ ਕੀਤੇ ਹੋਏ ਨੇ, ਉਸ ਦੇ ਵਿੱਚ ਬਹੁਤ ਵਿਸਫੋਟਕ ਸਮੱਗਰੀਆਂ ਨੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ। ਅਤੇ ਨਾਲ ਇਹ ਕਿਹਾ ਜਾ ਰਿਹਾ ਕਿ ਕਿਸਾਨ ਹਿੰਸਾ ਕਰਨਗੇ, ਜਿਸ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ ਉਹਨਾਂ ਨੇ ਪੂਰੇ ਅੰਦੋਲਨ ਦੇ ਵਿੱਚ ਇੱਕ ਸਾਲ ਲੰਮਾ ਚੌੜਾ ਇਕੱਠ ਕਰਕੇ ਰੱਖਿਆ, ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ। ਉਹਨਾਂ ਦੇ ਇਸ ਪੂਰੇ ਬਿਆਨ ਦੇ ਵਿੱਚ ਜੋ ਵੀ ਹੈ ਦੋ ਨੈਰੇਟਿਵ ਚੱਲ ਰਹੇ ਨੇ, ਕਿਸਾਨ ਆਪਣੀਆਂ ਮੰਗਾਂ ਮਨਵਾ ਰਹੇ ਨੇ, ਸਰਕਾਰ ਹਰਿਆਣਾ ਸਰਕਾਰ ਮਨੋਹਰ ਲਾਲ ਖੱਟਰ ਹੋਣਾ ਦੇ ਬਿਆਨ ਉਹ ਇਹ ਕਹਿ ਰਹੇ ਨੇ ਕਿ ਕਿਸਾਨ ਹਿੰਸਾ ਕਰ ਰਹੇ ਨੇ। ਸੋ ਇਹ ਵੀ ਸਮਝ ਲਿਆ ਜਾਵੇ ਕਿ ਜੇ ਇਹ ਹੈ ਤਾਂ ਆਪਾਂ ਜੋ ਰਿਪੋਰਟਾਂ ਦੇ ਵਿੱਚ ਆ ਰਿਹਾ 200 ਤੋਂ ਵੱਧ ਕਿਸਾਨ ਜ਼ਖਮੀ ਨੇ, ਸੋ ਹਿੰਸਾ ਕਿੱਥੇ ਹੋ ਰਹੀ ਹੈ ਇਹ ਸਪਸ਼ਟ ਹੈ। ਮਨੋਹਰ ਲਾਲ ਖੱਟਰ ਹੋਣਾ ਨੂੰ ਕਿਤੇ ਨਾ ਕਿਤੇ ਮਾਹਰ ਜਾਂ ਕਿਸਾਨ ਆਗੂ ਜਾਂ ਕਿਸਾਨ ਭਰਾ ਜਿੰਨੇ ਵੀ ਇੱਥੇ ਬੈਠੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਟਰੈਕਟਰ ਫੋਬੀਆ ਹੋ ਗਿਆ। ਸੋ ਇਸ ਦੇ ਉੱਤੇ ਆਪਾਂ ਗੱਲ ਕਰਾਂਗੇ ਕਿਉਂਕਿ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੋਣੀ ਨੇ। ਪੰਧੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ। ਧੰਨਵਾਦ ਜੀ, ਧੰਨਵਾਦ। ਸਭ ਤੋਂ ਪਹਿਲਾਂ ਸਪਸ਼ਟ ਕਰ ਦਿਓ ਕਿ ਉਹ ਕਹਿੰਦੇ ਵੀ ਤੁਸੀਂ ਹਿੰਸਾ ਕਰ ਰਹੇ ਹੋ, ਕਿੰਨੇ ਪੁਲਿਸ ਵਾਲੇ ਮਾਰੇ ਹੁਣ ਤੱਕ? ਦੇਖੋ, ਇੱਕ ਤਾਂ ਆਪਣੀ ਜਥੇਬੰਦੀ 'ਚ ਕੰਮ ਕਰਨ ਦਾ ਤਜਰਬਾ, ਇੱਕ ਸਾਂਝੇ ਕੰਮ ਕਰਨ ਦਾ ਤਜਰਬਾ ਵੀ ਹੈਗਾ। ਦੇਖੋ, ਜਥੇਬੰਦੀਆਂ ਅੰਦਰ ਸਟੇਟ ਨੇ ਵਾਇਲੈਂਸ ਕੀਤਾ ਸਾਡੇ ਬਹੁਤ ਸਾਰੇ ਜਿਹੜੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਆ। ਸੋ ਇਸ ਕਰਕੇ
ਇਹ ਨਹੀਂ ਕਹਿ ਸਕਦਾ ਸਟੇਟ ਵੀ ਅਸੀਂ ਕਦੀ ਵਾਇਲੈਂਸ ਕੀਤਾ ਹੋਵੇ। ਜਾਂ ਪਿਛਲੀ ਵਾਰ ਦਿੱਲੀ ਅੰਦੋਲਨ ਵਿੱਚ ਸਾਡੇ ਅਤੇ ਆਰ ਐੱਸ ਐੱਸ ਜਾਂ ਭਾਜਪਾ ਦੇ ਸਾਹਮਣੇ ਅਮਨ ਡਬਾਸ ਪ੍ਰਦੀਪ ਖੱਤਰੀ ਦੀ ਅਗਵਾਈ 'ਚ ਪੁਲਿਸ ਦੇ ਹੁੰਦਿਆਂ ਵਿਦ ਪੁਲਿਸ ਹੈਲੀਕਾਪਟਰ ਸ਼ੈਲਿੰਗ ਉੱਤੋਂ ਕਰਦਾ ਸੀ ਤਾਂ ਸਟੇਟ ਹਮਲਾ ਕਰਦਾ ਰਿਹਾ ਸਾਡੇ ਬੰਦਿਆਂ 'ਤੇ, ਅਨੇਕਾਂ ਜ਼ਖਮੀ ਹੁੰਦੇ ਰਹੇ। ਅਸੀਂ ਕਦੀ ਵੀ ਨਹੀਂ ਅਜਿਹਾ ਕੀਤਾ, ਨਾ ਸਾਡਾ ਮਨੋਰਥ ਆ। ਸਾਡਾ ਕੰਮ ਹੈਗਾ ਆਪਣੇ ਢੰਗ ਨਾਲ ਅੰਦੋਲਨ ਨੂੰ ਬਿਲਡ ਕਰਨਾ ਔਰ ਉਹਦੇ ਹਿਸਾਬ ਨਾਲ ਆਪਣੀ ਮੰਗ ਨੂੰ ਬਣਾਉਣਾ। ਹੁਣ ਇਸੇ ਤਰ੍ਹਾਂ ਜਿਹੜੀ ਪੈਰਾਮਿਲਟਰੀ ਫੋਰਸਿਸ ਸਾਡੇ 'ਤੇ ਲਾਈਆਂ ਹੋਈਆਂ, ਅਸੀਂ ਕਹਿੰਦੇ ਕੋਈ ਵੀ ਦਾਅਵਾ ਕਰਦਾ ਆ ਜੇ ਇੱਥੋਂ ਸਾਰੀਆਂ ਟਰਾਲੀਆਂ ਚੈੱਕ ਕਰ ਲੈਂਦੇ ਵੀ ਕਿਹੜੀ ਵਿਸਫੋਟਕ ਸਮੱਗਰੀ ਹੈਗੀ ਹੈ। ਤਾਂ ਨਾ ਇਹੋ ਜਿਹਾ ਕਿਸਾਨ ਮਜ਼ਦੂਰ ਨੇ ਆਪਣੇ ਜਿਹੜੇ ਆ ਕਿੱਤੇ ਨੂੰ ਬਚਾਉਣ ਲਈ, ਆਪਣੇ ਘਰ ਦੇ ਗੁਜ਼ਾਰੇ ਨੂੰ ਵਧੀਆ ਕਰਨ ਲਈ, ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਨੂੰ ਘੱਟੋ ਘੱਟ ਮੰਡੀ ਦੇ ਵਿੱਚ ਸਿਕਿਉਰਿਟੀ ਮਿਲ ਜਾਵੇ ਵੀ ਸਾਡੀ ਆਹ ਫਸਲ ਆ ਉਹ ਦੇਣ ਵੀ ਤਾਂ ਘੱਟੋ ਘੱਟ ਰੇਟ ਵਿੱਚ ਵਿਕ ਜਾਵੇ, ਤਾਂ ਇਹ ਵੱਡੀ ਮੰਗ ਨੂੰ ਵੱਡੀ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜਿਵੇਂ ਪੋਲਸੀ ਆ ਵਿਸ਼ਵ ਵਪਾਰ ਸੰਸਥਾ ਦੀ ਵੀ ਉਹ ਤੋਂ ਕਿਵੇਂ ਖੇਤੀ ਨੂੰ ਬਚਾਇਆ ਜਾ ਸਕੇ, ਇਹ ਗੱਲਾਂ ਨੂੰ ਲੈ ਕੇ ਉਹ ਆਏ ਨੇ। ਜੇ ਸਰਕਾਰ ਜਿਸ ਕਿਸਮ ਦੀ ਭਾਸ਼ਾ ਬੋਲ ਰਹੀ ਆ, ਜੋ ਬਿਆਨਬਾਜ਼ੀ, ਉਹਦੇ ਤੋਂ ਲੱਗਦਾ ਵੀ ਉਹ ਦੇਣਾ ਨਹੀਂ ਚਾਹੁੰਦੇ ਕੁਛ, ਤਾਂ ਹੀ ਤੁਹਾਨੂੰ ਬਦਨਾਮ ਕਰਦੇ ਹੁੰਦੇ ਆ। ਨਹੀਂ ਤਾਂ ਗੱਲ ਟੂ ਦਾ ਪੁਆਇੰਟ ਹੁੰਦੀ ਹੁੰਦੀ ਆ ਜੀ ਵੀ ਤੁਹਾਡੀ ਮੰਗ ਕਿੰਨੀ ਕੁ ਜਾਇਜ਼ ਆ ਜਾਂ ਸਾਡੀ ਪੁਜੀਸ਼ਨ ਕੀ ਆ, ਇਹ ਹੋ ਸਕਦਾ ਨਹੀਂ ਹੋ ਸਕਦਾ, ਜਾਂ ਇਹਦੀ ਕਿੰਨੀ ਕੁ ਸੰਭਾਵਨਾ, ਜਾਂ ਕਿਹੜੇ ਢੰਗ ਨਾਲ ਅਸੀਂ ਮਸਲਿਆਂ ਦਾ ਹੱਲ ਕਰਾਂਗੇ। ਦੇਖੋ ਕਿਸਾਨ ਤਾਂ ਪਿਛਲੇ ਅੰਦੋਲਨ ਤੋਂ ਬਾਅਦ ਪੰਜਾਬ ਵੀ ਆ, ਲਗਭਗ ਕਿੰਨੇ ਹਜ਼ਾਰਾਂ ਮੰਗ ਪੱਤਰ ਦਿੱਤੇ ਆ, ਕਿੰਨੇ ਇੱਕ ਦੋ ਦਿਨ ਦੇ ਐਕਸ਼ਨ ਕੀਤੇ ਆ, ਤੁਸੀਂ ਸਮਾਂ ਰਹਿੰਦਿਆਂ ਨਿਬੇੜ ਲੈਂਦੇ ਹੋ, ਸ਼ਾਇਦ ਇਸ ਅੰਦੋਲਨ ਦੀ ਲੋੜ ਨਾ ਪੈਂਦੀ। ਹਾਂ ਤੁਸੀਂ ਸੁਣੋਗੇ ਵੀ ਨਹੀਂ, ਤੁਸੀਂ ਅੰਦੋਲਨ ਵੀ ਨਹੀਂ ਕਰਨ ਦਿਓਗੇ, ਤਾਂ ਮੇਰੇ ਖਿਆਲ ਧੱਕਾ ਵਾ ਦੇਸ਼ ਦੇ ਲੋਕਾਂ ਨੂੰ। ਐੱਮ ਐੱਸ ਸਵਾਮੀਨਾਥਨ ਦੀ ਧੀ ਮਧੁਰਾ ਸਵਾਮੀਨਾਥਨ ਹੁਣਾਂ ਨਾਲ ਗੱਲ ਹੋ ਰਹੀ ਸੀ ਅਤੇ ਉਹ ਆਪਣਾ ਤਜਰਬਾ ਦੱਸ ਰਹੇ ਸਨ ਕਿ ਜੋ ਸਵਾਮੀਨਾਥਨ ਪੰਜਾਬ ਆਏ ਅਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਚਾਰ ਜਮਾਤਾਂ ਪੜ੍ਹੇ ਦੇ ਬਰਾਬਰ, ਉਸ ਤੋਂ ਵੀ ਬੁਰਾ ਹਾਲ ਆ। ਹਾਲਾਂਕਿ ਉਹਨਾਂ ਦਾ ਕੋਈ ਕੰਪੈਰੀਜ਼ਨ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਹ ਚਾਰ ਜਮਾਤਾਂ ਪੜ੍ਹੇ ਵਾਲੇ ਨੂੰ ਹੱਦ ਤੱਕ ਕਰ ਰਹੇ ਨੇ, ਪਰ ਉਹ ਕਹਿ ਰਹੇ ਸਨ ਕਿ ਦੋ ਚੀਜ਼ਾਂ ਮੈਨੂੰ ਬਹੁਤ ਚੁਭੀਆਂ ਕਿ ਬਹੁਤ ਸਾਰੇ ਕਿਸਾਨਾਂ ਦਾ ਇੱਕ ਬਿਰਤਾਂਤ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਬਿਠਾ ਦਿੱਤਾ ਗਿਆ ਕਿ ਪੁੱਤਰਾ ਪੜ੍ਹ ਲਾ, ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ। ਖੇਤੀ ਦੇ ਆਪਣੇ ਆਪ 'ਚ ਸੱਭਿਆਚਾਰ ਆ, ਕਲਚਰ ਆ, ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਇਆ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਜਦੋਂ ਉਹਨਾਂ ਨੇ ਰਿਪੋਰਟ ਬਣਾਈ ਉਸ ਦੇ ਵਿੱਚ ਤਾਂ ਹੀ ਉਹਨਾਂ ਨੇ ਇੱਕ ਟੈਗਲਾਈਨ ਦਿੱਤੀ ਕਿ ਸਰਵਿੰਗ ਫਾਰਮਰ ਸੇਵਿੰਗ ਫਾਰਮਰ। ਸੋ ਐੱਮ ਐੱਸ ਸਵਾਮੀਨਾਥਨ ਦੀ ਰਿਪੋਰਟ ਦੇ ਉੱਤੇ ਤੁਸੀਂ ਵੀ ਬਹੁਤ ਜ਼ੋਰ ਪਾ ਰਹੇ ਹੋ, ਤੁਹਾਡੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੁੱਢਲੀ ਮੰਗ ਐੱਮ ਐੱਸ ਪੀ ਆ, ਇਸ ਦੇ ਬਾਰੇ ਤੁਸੀਂ ਕਿਉਂ ਜ਼ੋਰ ਪਾ ਰਹੇ ਹੋ, ਤੁਹਾਡੇ ਮੁਤਾਬਕ ਇਹ ਕਿਉਂ ਜ਼ਰੂਰੀ ਆ? ਦੇਖੋ ਦੋ ਅੱਡ ਅੱਡ ਗੱਲਾਂ ਨੇ, ਇੱਕ ਤਾਂ ਐੱਮ ਐੱਸ ਪੀ ਆ ਉਹ ਅੱਡ ਗੱਲ ਆ, ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਇੱਕ ਫਾਰਮੂਲਾ ਸੇ ਟੂ ਪਲੱਸ 50% ਜੀ, ਉਹ ਅੱਡ ਇਸ਼ੂ ਆ। ਜਿਹੜਾ ਮਿਨੀਮਮ ਸਪੋਰਟ ਪ੍ਰਾਈਜ਼ ਆ, ਘੱਟੋ ਘੱਟ ਸਹਾਇਤਾ ਮੁੱਲ, ਘੱਟੋ ਘੱਟ ਦੇ ਰਹੇ ਸਹਾਇਤਾ ਮੁੱਲ ਹੈ, ਸੀ ਟੂ ਦੇ ਵਿੱਚ ਘੱਟੋ ਘੱਟ ਰਹਿਣਾ ਨਹੀਂ, ਉਹ ਪ੍ਰੋਫਿਟੇਬਲ ਹੋ ਜਾਣਾ ਜੀ ਇਹਦੀ ਹੈ। ਜਿਹੜੀ ਸੀ ਏ ਸੀ ਪੀ ਆ ਇਸ ਵੇਲੇ ਏ ਟੂ ਪਲੱਸ ਐੱਫ ਐੱਲ ਦੇ ਹਿਸਾਬ ਨਾਲ ਜਿਹੜੀ ਉਹ ਸਾਨੂੰ ਰੇਟ ਦੇ ਰਹੀ ਆ, ਚਲ ਉਹਦੇ 'ਚ ਵੀ ਸੀ ਏ ਸੀ ਪੀ ਦੀਆਂ ਜਿਹੜੇ ਟਰਮ ਆਫ ਰੈਫਰੈਂਸ ਨੇ ਉਹਦੇ 'ਤੇ ਵੀ ਸਾਡਾ ਰੌਲਾ ਵੀ ਕਿਵੇਂ, ਚਲੋ ਵੱਖਰੀਆਂ ਗੱਲਾਂ। ਸਾਡਾ ਸਾਫ਼ ਜਿਹਾ ਕਹਿਣਾ ਵੀ ਤੁਸੀਂ ਸੀ ਏ ਸੀ ਪੀ ਦੀ ਰਿਪੋਰਟ ਦੇ ਅਨੁਸਾਰ ਸਾਰੀ ਦੇਸ਼ ਦੀ ਕੈਲਕੂਲੇਸ਼ਨ ਕਰ ਰਹੇ ਜੇ, ਠੀਕ ਹੈ, ਹਰ 6 ਮਹੀਨਿਆਂ ਬਾਅਦ ਤੁਸੀਂ ਕਣਕ ਦਾ, ਝੋਨੇ ਦਾ, ਦਾਲਾਂ ਦਾ, ਤੇਲ ਬੀਜਾਂ ਦਾ ਸਾਰਾ ਰੇਟ ਕੋਈ 10 ਵਧਾ ਦਿੰਦੇ, ਕਿਸੇ ਦੇ 50 ਵਧਾ ਦਿੰਦੇ, ਤੁਸੀਂ ਅਨਾਊਂਸ ਕਰਦੇ ਹੋ
ਤੁਹਾਨੂੰ ਲੱਗਦਾ ਵੀ ਇੰਨਾ ਕਿਸਾਨ ਨੂੰ ਮਿਲਣਾ ਚਾਹੀਦਾ, ਪਰ ਉਹ ਮੰਡੀ ਦੇ ਵਿੱਚ ਤਾਂ ਪੰਜਾਬ ਵਿੱਚ ਕਣਕ ਝੋਨੇ ਦੀ ਛੋਟੀ ਆ ਜਾਂ ਗੰਨਾ ਵਾ ਕਪਾਹ ਤਾਂ ਫਿਰ ਅਰਕੀ ਥੱਲੇ ਰੇਟ 'ਤੇ ਚਲੇਗੀ, ਤਾਂ ਕੁਛ ਸੂਬਿਆਂ 'ਚ ਹੋਰ ਹੋਊਗਾ। ਸਵਾਲ ਸਿਰਫ ਇੰਨਾ ਕਿ ਵੀ ਤੁਹਾਡੀਆਂ ਹੀ ਕੈਲਕੂਲੇਸ਼ਨਾਂ ਨੇ, ਤੁਹਾਡੀ ਕਮੇਟੀ ਹੈ, ਤੁਸੀਂ ਜਿਵੇਂ ਸੈੱਟ ਕੀਤਾ ਸਾਰਾ ਸਮ 23 ਫਸਲਾਂ 'ਤੇ ਤੁਸੀਂ ਅਨਾਊਂਸ ਕਰ ਰਹੇ ਜੇ MSP, ਉਹਦੇ 'ਚੋਂ ਕੁਛ ਫਸਲਾਂ ਤੁਸੀਂ ਮੰਡੀ 'ਚ ਖਰੀਦ ਰਹੇ ਜੇ। ਅਸੀਂ ਚਾਹੁੰਦੇ ਕਾਨੂੰਨ ਬਣਾ ਦਿਓ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਤੁਸੀਂ ਅਨਾਊਂਸਮੈਂਟ ਕਰ ਰਹੇ ਜੇ ਉਹ ਗਰੰਟੀ ਬਣ ਜਾਵੇ ਵੀ ਜਿਹੜਾ ਤੁਸੀਂ ਭਾਅ ਦੇ ਰਹੇ ਜਿਹਨੂੰ ਕਹਿੰਦੇ ਘੱਟੋ ਘੱਟ ਲਾਗਤ ਖਰਚਾ, ਇਹ ਵੱਧ ਨਹੀਂ, ਠੀਕ ਨਹੀਂ ਹੈ ਨਾ ਗੁਜ਼ਾਰਾ ਇਹਦੇ ਨਾਲ, ਪਰ ਇੱਕ ਉਹ ਤਾਂ ਸ਼ਿਓਰਟੀ ਹੋ ਜੂਗੀ ਵੀ ਇਦੋਂ ਹੇਠੋਂ ਕੋਈ ਸਾਨੂੰ ਰੇਟ ਨਹੀਂ ਮਿਲੂਗਾ। ਇਹਨੂੰ MSP 'ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ। ਜਿਹੜੀ ਵਰਤਮਾਨ 'ਚ ਗੱਲ ਚੱਲ ਰਹੀ ਵੀ ਕਮੇਟੀ ਦੀ ਲੋੜ ਹੈ, ਇਹਦੇ 'ਤੇ ਕਮੇਟੀ ਦੀ ਲੋੜ ਨਹੀਂ, ਐਕਚੁਅਲੀ CACP ਕਮੇਟੀ ਆ, ਉਹਨਾਂ ਦਾ ਡਿਸਾਈਡਿੰਗ ਅਧਾਰਾ ਵਾ, ਉਹ ਅਨਾਊਂਸ ਕਰ ਰਿਹਾ ਰੇਟ ਤਾਂ। ਇਹਦਾ ਵਿਲ ਪਾਵਰ ਚਾਹੀਦੀ ਆ ਕਾਨੂੰਨ ਲਈ ਵੀ ਦੇਸ਼ ਦਾ ਮੰਤਰੀ ਮੰਡਲ ਆਰਡੀਨੈਂਸ ਲੈਵੇ। ਮੰਤਰੀ ਮੰਡਲ ਜਿਹੜਾ ਫੈਸਲਾ ਕਰਦਾ ਉਹ ਪੋਲੀਟੀਕਲੀ ਹੁੰਦਾ, ਉਹ ਟੈਕਨੀਕਲ ਦਾ ਉਹਦਾ ਕੋਈ ਸੰਬੰਧ ਨਹੀਂ ਹੁੰਦਾ। ਇਹ ਤਾਂ ਅਫਸਰ ਬਾਅਦ 'ਚ ਤੈਅ ਕਰ ਲੈਣਗੇ ਵੀ ਸਾਡੇ ਮੰਤਰੀ ਮੰਡਲ ਨੇ ਆਹ ਫੈਸਲਾ ਕਰ ਲਿਆ। ਉਹ ਕੁਛ ਪੋਲੀਟੀਕਲ ਫੈਸਲੇ ਕੁਛ ਦੇਣ ਲਈ ਹੁੰਦੇ ਆ, ਔਰ ਇਹ ਵੀ ਵੇਖਿਆ ਜਾਂਦਾ ਵੀ ਇਸ ਤੋਂ ਬਾਅਦ ਸਾਨੂੰ ਫਾਇਦਾ ਕੀ ਹੋਊਗਾ। ਦੋਵੇਂ ਚੀਜ਼ਾਂ ਹੈਗੀਆਂ ਨਾ, ਤਾਂ ਹੁਣ ਕਿਉਂਕਿ ਉਹਨਾਂ ਨੇ ਖੇਤੀ ਸੈਕਟਰ 'ਤੇ ਵਰਕ ਹੀ ਨਹੀਂ ਕੀਤਾ, ਖੇਤੀ ਸੈਕਟਰ ਨੂੰ ਕੁਛ ਦੇਣਾ ਹੀ ਨਹੀਂ ਚਾਹੁੰਦੇ। ਹੁਣ ਇਹ ਪ੍ਰੈਸ਼ਰ 'ਚ ਮਨ ਬਣਿਆ ਨਹੀਂ ਬਣਿਆ ਦੋ ਸਵਾਲ ਹੈ, ਫਿਰ ਦੇਣਗੇ ਕਿ ਨਹੀਂ ਇਹ 'ਚ ਬਾਅਦ 'ਚ ਕਰ ਲੈਣੇ। ਪਰ ਇਸ ਦੇ ਵਿੱਚ ਜਿਹੜੇ ਮਾਹਰ C2+ ਗੱਲ, ਹੁਣ ਡਾਕਟਰ ਸਵਾਮੀਨਾਥਨ ਦੀ ਇਹ ਦੋ ਹੋ ਗਏ। ਸਵਾਮੀਨਾਥਨ ਜੀ ਕਹਿੰਦੇ ਆ ਵੀ ਮੰਨ ਲਓ ਕਿਸਾਨ ਦਾ ਰੁਪਈਆ ਖਰਚਾ ਆ ਰਿਹਾ, ਜਿੰਨੀ ਉਹਦੀ ਲਾਗਤ ਲੱਗ ਰਹੀ, ਤੁਸੀਂ 50 ਪੈਸੇ ਉੱਤੇ ਦੇ ਰਹੇ ਹੋ, ਫਾਰਮੂਲਾ ਸਿੱਧਾ ਜਿਹਾ, ਹੋਰ ਕੁਛ ਨਹੀਂ, ਫਾਰਮੂਲਾ ਵੀ ਇੱਕ ਲਾਗਤ ਖਰਚਾ ਆ ਗਿਆ 100, ਉਹਦੇ 'ਚ 50 ਰੁਪਈਏ ਪ੍ਰਾਪਤ, 100 ਤੋਂ ਉਹਨੇ ਕੋਲੋਂ ਲਾਇਆ, 50 ਹੋਰ ਮਿਲਣਗੇ ਇਹਦੇ ਦਾ ਸਰਕਲ, ਉਹਦੇ ਫਾਰਮੂਲੇ 'ਤੇ ਰੌਲਾ, ਬਾਕੀ ਇਹ ਤਾਂ ਲਾਗਤ ਖਰਚੇ ਵੀ ਨਹੀਂ ਦਿੰਦੇ। ਅਤੇ ਉਹਦੇ ਵਿੱਚ ਕੁਛ ਗੱਲਾਂ ਸਪਸ਼ਟ ਆ, ਡਾਕਟਰ ਸਵਾਮੀਨਾਥਨ ਕਮਿਸ਼ਨ ਜਦੋਂ ਬੈਠਾ, ਦੋ ਵੱਡੇ ਰੌਲੇ ਸੀ ਦੇਸ਼ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਦਰਭਾ 'ਚ ਉੜੀਸਾ 'ਚ ਬਹੁਤ ਹੋਈਆਂ, ਬਿਲਕੁਲ ਇਹ ਰੌਲਾ ਸੀ। ਕੁਛ ਕਰਦੇ ਆ ਵੀ ਜਿਵੇਂ ਖਰਚੇ ਵੱਧ ਕਰਦੇ, ਤਾਂ ਡਾਕਟਰ ਸਵਾਮੀਨਾਥਨ ਲਿਖਦਾ, ਉਹ ਕਹਿੰਦਾ ਸਭ ਤੋਂ ਪਹਿਲਾਂ ਕਹਿੰਦਾ ਵੀ ਜੋ ਮੇਰਾ ਮੰਨਣਾ ਵੀ ਜਿਨ੍ਹਾਂ ਅਦਾਰਿਆਂ ਤੋਂ ਕਿਸਾਨਾਂ ਨੇ ਕਰਜ਼ ਲਾਇਆ, ਉਹਨੇ ਬਲਾਇੰਡ ਇੰਟਰਸਟ ਕਿਹਾ, ਅੰਨੇ ਵਿਆਜ ਲਾਏ ਉਹਨੇ ਸਪਸ਼ਟ ਕਿਹਾ। ਫਿਰ ਉਹ ਕਹਿੰਦਾ ਜਿਹੜੇ ਇਹਨਾਂ ਦੇ ਲਾਗਤ ਖਰਚੇ ਨੇ ਉਹ ਬਹੁਤ ਜ਼ਿਆਦਾ ਨੇ। ਤੀਜੀ ਗੱਲ ਉਹ ਕਹਿੰਦਾ ਵੀ ਇਹਨਾਂ ਨੂੰ ਉਹਦੇ ਹਿਸਾਬ ਨਾਲ ਰੇਟ ਨਹੀਂ ਮਿਲਿਆ, ਜਿਹਦੇ ਕਰਕੇ ਕਹਿੰਦਾ ਇਹਨੇ ਸਿਰ ਕਰਜ਼ਾ ਚੜਿਆ। ਉਹਨੇ ਕਿਤੇ ਨਹੀਂ ਸੀ ਲਿਖਿਆ ਜਿਹੜੀਆਂ ਗੱਲਾਂ ਅੱਜ ਨੇ ਵੀ ਇਹ ਟਰੈਕਟਰ ਵੱਡਾ ਲੈ ਲਿਆ ਜੀ, ਇਹ ਕੋਠੀ ਪਾਲੀ ਜੀ, ਇਹ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ, ਉਹ ਸਰਕਾਰ ਦਾ ਕਮਿਸ਼ਨ, IAS ਅਫਸਰ ਕਹਿੰਦਾ, ਅਸੀਂ ਨਹੀਂ ਕਹਿੰਦੇ ਹੈਗੇ। ਤਾਂ ਕਈ ਵਾਰੀ ਨੈਰੇਟਿਵ ਗਲਤ ਚੱਲਦੇ ਹੈਗੇ ਨੇ। ਤਾਂ ਦੋ ਹੀ ਗੱਲਾਂ ਨੇ ਹੁਣ ਇਹ 'ਚ ਸਪਸ਼ਟ ਕਰੀ ਜਾਓ ਨਾਲ ਦੀ ਨਾਲ। ਅਸੀਂ ਕਿਹਾ ਵੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ 2011 'ਚ ਸੀਗੇ, ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਪਰਸਨ, ਉਹਨਾਂ ਨੇ ਕਿਹਾ ਵੀ MSP ਲੀਗਲ ਹੋਣੀ ਚਾਹੀਦੀ ਹੈ, ਅਤੇ ਫਿਰ ਹੁਣ ਕੀ ਰੌਲਾ। ਜਬਲਪੁਰ ਹਾਈ ਕੋਰਟ ਦਾ ਫੈਸਲਾ 2018 ਦਾ ਵੀ MSP ਤੋਂ 1 ਰੁਪਈਆ ਹੇਠਾਂ ਫਸਲ ਨਹੀਂ ਵਿਕਣੀ ਚਾਹੀਦੀ। ਇਦੋਂ ਗਾਂ 2018 'ਚ ਉਹਨਾਂ ਦੇ ਖੇਤੀਬਾੜੀ ਮੰਤਰੀ ਨੇ ਕਿਸਾਨ ਯੂਨੀਅਨ ਨਾਲ ਸਮਝੌਤਾ ਕੀਤਾ ਵੀ C2+50 ਦੇ ਹਿਸਾਬ ਨਾਲ ਤੁਹਾਨੂੰ ਪੈ ਦਾਂ, ਉਹਦੀ ਚਿੱਠੀ ਹੈ ਸਾਡੇ ਕੋਲ। ਓਕੇ, ਇਦੋਂ ਗਾਂ ਪਿਛਲੇ ਅੰਦੋਲਨ 'ਚ 11 ਦਸੰਬਰ ਨੂੰ 9 ਤੋਂ 11 ਚਿੱਠੀ ਜਿਹੜੀ ਆ ਰਹੀ ਆ, ਉਹ 'ਚ MSP ਕਮੇਟੀ ਬਣਾ ਕੇ ਤੁਹਾਨੂੰ ਦੇ ਦਿਆਂਗੇ, ਇਹ ਵਾਅਦਾ ਸਰਕਾਰ ਦਾ। ਫਿਰ ਹੁਣ ਅੱਜ ਕਿਉਂ ਨਹੀਂ ਬਣ ਰਿਹਾ, ਇਹ ਤਾਂ ਸਵਾਲ ਉਹਨਾਂ 'ਤੇ ਹੈਗੇ। ਪਰ ਇਸ ਬਾਰੇ ਵੀ ਸਪਸ਼ਟ ਕਰੋ ਕਿ 26 ਤੋਂ 29 ਫਰਵਰੀ ਨੂੰ ਆਬੂਧਾਬੀ ਦੇ ਵਿੱਚ ਇੰਟਰ ਮਿਨਿਸਟਰੀਅਲ ਸਮਿਟ ਹੋ ਰਹੀ ਹੈ, ਜਿਸ ਦੇ ਵਿੱਚ ਕੇਅਰਿੰਗ ਗਰੁੱਪ, ਜਿਸ ਦੇ ਆਸਟ੍ਰੇਲੀਆ ਅਤੇ ਹੋਰ 19 ਦੇਸ਼ ਹੈ,
ਉਹਨਾਂ ਦਾ ਤਰਕ ਇਹ ਹੈ ਕਿ ਬਹੁਤ ਜ਼ਿਆਦਾ ਸਬਸਿਡਾਈਜ਼ ਜੋ ਇੰਡੀਆ ਕਰ ਰਿਹਾ ਉਹ ਸਾਡੀ ਫੂਡ ਸਿਕਿਉਰਿਟੀ ਨੂੰ ਖਰਾਬ ਕਰ ਰਿਹਾ। ਹਾਲਾਂਕਿ ਉਸ ਦੇ ਵਿੱਚ ਮਾਹਰ ਇਹ ਵੀ ਕਹਿੰਦੇ ਹੈ ਕਿ ਜੋ ਇੱਕ ਸਮਝੌਤਾ ਹੋਇਆ ਉਸ ਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਇੱਕ ਦੇਸ਼ ਆਪਣੇ ਕਿਸਾਨਾਂ ਨੂੰ MSP ਨਹੀਂ ਦੇ ਸਕਦਾ, ਅਤੇ ਇਸ ਦੇ ਬਾਰੇ ਵੀ ਇਹ ਇੱਕ ਵਾਧੂ ਦਾ ਤਰਕ ਦਿੱਤਾ ਜਾ ਰਿਹਾ। ਪਰ WTO ਦੀ ਇਹ ਖੇਡ ਹੈ ਜਿਸ ਦੇ ਬਾਰੇ ਤੁਸੀਂ ਵੀ ਇਹ ਮੰਗ ਇਹ ਵੀ ਕੀਤੀ ਹੈ ਕਿ ਇਸ ਦੇ ਵਿੱਚੋਂ ਅਸੀਂ ਉਹਨਾਂ ਤੋਂ ਇੱਕ ਖਹਿੜਾ ਛਡਾ ਲਈਏ, ਉਸ ਤੋਂ ਵੱਖ ਹੋਵੋ, ਤੁਹਾਡਾ ਤਰਕ ਕੀ ਹੈ? ਅਤੇ ਉਸ ਦੇ ਵਿੱਚ ਜਿਹੜਾ ਇਹ ਤਰਕ ਦਿੱਤਾ ਜਾ ਰਿਹਾ ਕਿ WTO ਕਰਕੇ ਸੰਭਵ ਨਹੀਂ ਹੈ MSP, ਅਤੇ ਇਹ ਦੋਵੇਂ ਗੱਲਾਂ ਨੂੰ ਥੋੜ੍ਹਾ ਸਪਸ਼ਟ ਕਰੋ। ਹਾਂ ਦੇਖੋ, ਜਿਹੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ, ਚਾਹੇ ਦੋਹਾ ਦੌਰ ਹੋਏ ਚਾਹੇ ਬਾਲੀ ਦਾ ਦੌਰ ਹੋਏ, ਤੋਂ ਬਾਅਦ ਦੇ ਬਥੇਰੇ ਸੀਗੇ, ਇਹ ਸਪਸ਼ਟ ਸੀਗਾ ਸਾਡੀ ਸਰਕਾਰ ਨੇ ਵੀ ਸਮਝੌਤਾ ਕੀਤਾ ਹੋਇਆ। ਅਮਰੀਕਾ ਨੇ ਇੰਡੀਆ ਦੇ ਖਿਲਾਫ਼ ਕੇਸ ਠੋਕਿਆ ਵੀ ਤੁਸੀਂ ਯਾਰ ਸਬਸਿਡੀ ਕਿਉਂ ਦੇ ਰਹੇ ਜੇ, ਜਾਂ ਤੁਸੀਂ ਇੰਨੀ ਫਸਲ, ਮਤਲਬ ਉਹਨਾਂ ਦਾ MSP ਦੇਣਾ ਹੀ ਉਹਨਾਂ ਵਾਸਤੇ ਵੀ ਤੁਹਾਨੂੰ ਰੇਟ ਤੈਅ ਕੋਈ ਨਹੀਂ ਕਰਨਾ ਚਾਹੀਦਾ ਫਸਲ ਦਾ। ਓਕੇ, ਖੁੱਲ੍ਹੀ ਮੰਡੀ ਹੋਵੇ, ਵਪਾਰੀ ਆਪਦੇ ਹਿਸਾਬ ਨਾਲ ਖਰੀਦ ਲਵੇ, ਲੋੜ ਆ ਤਾਂ 4 ਪੈਸੇ ਵੱਧ ਦੇ ਕੇ ਖਰੀਦ ਲਏ, ਨਹੀਂ ਲੋੜ ਆ ਤਾਂ ਨਹੀਂ ਖਰੀਦੇ। ਤਾਂ ਕੋਈ ਮੁਲਕ ਇਸ ਢੰਗ ਨਾਲ ਚੱਲ ਨਹੀਂ ਸਕਦਾ। ਤਾਂ ਇਸ ਕਰਕੇ ਜਿਹੜੇ ਸਰਕਾਰ ਨੇ ਸਮਝੌਤੇ ਕੀਤੇ ਨੇ ਉਹ ਉਹਨਾਂ ਦੇ ਆੜੇ ਆਉਣੇ ਨੇ। ਪਿਛਲੇ ਅੰਦੋਲਨ ਵਿੱਚ ਇਹਨਾਂ ਨੇ ਚਿੱਠੀ ਲਿਖਣ ਦਾ ਮਨ ਬਣਾਇਆ, ਚਿੱਠੀ ਲਿਖੀ ਸੀ ਉਹਨਾਂ ਨੂੰ ਵੀ ਸਾਨੂੰ ਆਪਣੇ ਕਿਸਾਨਾਂ ਨੂੰ ਮਤਲਬ MSP ਖਰੀਦੀ ਗਰੰਟੀ ਜਾਂ ਸਬਸਿਡੀ ਵੱਧ ਦੇਣ ਦਾ ਅਧਿਕਾਰ ਦਿਓ। ਤੋਂ ਬਾਅਦ 'ਚ ਅੰਦੋਲਨ ਤੋਂ ਬਾਅਦ ਉਹ ਗੱਲਾਂ ਰੁਲ ਗਈਆਂ। ਤੋ ਇਹੀ ਇਹੀ ਗੱਲ ਹੈ ਵੀ ਭਾਰਤ ਜੇ ਤੀਜੀ ਦੁਨੀਆ ਦੇ ਮੁਲਕਾਂ ਨਾਲ ਉਹਨੇ ਕੋਸ਼ਿਸ਼ ਕੀਤੀ ਆ ਰਲੇ, ਕੱਲਾ ਕਿਉਂਕਿ ਸਾਡੇ ਪਾਕਿਸਤਾਨ ਦਾ ਵੀ ਉਹ ਹਾਲ ਹੈ, ਨੇਪਾਲ ਦਾ ਵੀ ਸਾਡੇ ਵਾਲਾ ਹੀ ਹਾਲ ਹੈ, ਸ਼੍ਰੀਲੰਕਾ ਹੋ ਗਿਆ ਜਾਂ ਇੱਥੇ ਇੰਡੋਨੇਸ਼ੀਆ, ਕਿ ਬਥੇਰੇ ਮੁਲਕ ਨੇ ਤੀਜੀ ਦੁਨੀਆ ਦੇ 25-40, ਜੇ ਭਾਰਤ ਚਾਹੇ ਤਾਂ ਉਹ ਆਪਣਾ ਬਚ ਸਕਦਾ ਵੀ ਯਾਰ ਸਾਡੀ ਤਾਂ ਹਾਲਾਤ ਠੀਕ ਨਹੀਂ ਹੈਗੇ, ਸਾਡੀ ਤਾਂ ਖੇਤੀ ਸੰਕਟ 'ਤੇ ਹੈਗੇ, ਅਸੀਂ ਤੁਹਾਡੇ ਵਾਂਗ ਨਹੀਂ ਚੱਲ ਸਕਦੇ। ਪਰ ਦੂਜੇ ਬੰਨੇ ਨੀਤੀ ਦੋਹਰੀ ਨਹੀਂ ਵੀ WTO ਦੇ ਵਿੱਚ ਅਮਰੀਕਾ ਨੇ ਆਪਦੇ ਹਿਸਾਬ ਨਾਲ ਸਾਰਾ ਕੁਛ ਸੈੱਟ, ਆਪਦੇ ਕਿਸਾਨ ਨੂੰ ਤਾਂ ਗ੍ਰੀਨ ਡੱਬੇ ਦੇ ਵਿੱਚ $60,000 ਦੇਣ ਡਿਆ ਸਲਾਨਾ, ਠੀਕ ਹੈ, ਉਹਨਾਂ ਦੇ 2-2 ਹਜ਼ਾਰ ਏਕੜ ਵਾਲੇ ਫਾਰਮ ਹੈਗੇ, ਤਾਂ ਫਿਰ ਉਹ ਕਿਵੇਂ ਮਤਲਬ ਕਹਿ ਸਕਦਾ ਵੀ ਅਸੀਂ ਸਬਸਿਡੀ ਦੇਣੀ ਹੈਗੀ? ਤਾਂ ਉਹਦੇ ਅਸੂਲ ਉਹਨੇ ਆਪਦੇ ਹਿਸਾਬ ਨਾਲ ਬਣਾ ਲਏ ਨੇ। ਔਰ ਇਹ ਆ ਵੀ ਅਮਰੀਕਾ ਦਾ ਸੰਕਟ ਕਿਹੜਾ ਮੁੱਕ ਗਿਆ, ਜਿੱਧਰੇ ਖੜ ਰਹੇ ਸਾਨੂੰ ਵੀ ਯੂਰਪ ਵਾਲੀ ਖੇਤੀ ਪਾਸੇ ਲੈ ਜਾਓ, ਵੱਡੇ ਫਾਰਮ ਹੋਣ, ਕਿਸਾਨਾਂ ਨੂੰ ਬਾਹਰ ਕੱਢਣਾ, ਅਤੇ ਯੂਰਪ ਦਾ ਕਿਸਾਨ ਤਾਂ ਬਗਾਵਤ 'ਚ ਆ ਇਸ ਵੇਲੇ, ਅਤੇ ਕਿਉਂ ਅਮਰੀਕਾ ਦਾ ਕਿਸਾਨ ਵੀ ਖੇਤੀ ਨਹੀਂ ਕਰਨਾ ਚਾਹੁੰਦਾ, 2% ਖੇਤੀ ਰਹਿ ਗਈ ਉਹ ਵੀ ਨਹੀਂ ਕਰਨਾ ਚਾਹੁੰਦੇ, ਤਾਂ ਜਿਹੜੀਆਂ ਇਹਨਾਂ ਦੀਆਂ ਪੋਲਿਸੀਆਂ ਦੇ ਸਵਾਲ ਖੜਾ ਹੁੰਦਾ। ਹਿੰਦੁਸਤਾਨ 'ਚ ਤਾਂ ਇਹ ਜਮੇ ਨਹੀਂ ਲਾਗੂ ਹੋਣੀਆਂ ਜਿੱਥੇ 60% ਆਬਾਦੀ ਸਿੱਧੀ ਖੇਤੀ 'ਤੇ ਨਿਰਭਰ ਹੈ, ਅਤੇ ਖੇਤ ਮਜ਼ਦੂਰ ਨੂੰ ਜੋੜ ਦਈਏ ਤਾਂ 70-75% ਹੈ, ਐਡੀ ਵੱਡੀ ਆਬਾਦੀ ਨੂੰ ਖੜੋਗੇ ਕਿੱਥੇ? ਬਿਲਕੁਲ। ਤਾਂ ਇਹ ਭਾਰਤ ਦੀ ਇੱਛਾ ਸ਼ਕਤੀ ਹੈ ਵੀ ਅਸੀਂ ਆਪਣੇ ਲੋਕਾਂ ਨੂੰ, ਅਮਰੀਕਾ ਨੇ ਖੁਦ ਤਾਂ ਟਰੰਪ ਜਦੋਂ ਆਇਆ ਸੀ ਉਹਨੇ ਇੱਕ ਸਮਝੌਤਾ ਤੋੜਿਆ ਇਹਨਾਂ ਨੇ ਆਪਣੇ ਮੁਲਕ ਲਈ, ਤਾਂ ਇਹ ਕਿਉਂ ਨਹੀਂ ਤੋੜ ਸਕਦੇ? ਅਸੀਂ ਨਹੀਂ ਕਹਿੰਦੇ ਸਾਰਾ ਸਮਝੌਤਾ ਤੁਸੀਂ ਖੇਤੀ ਨੂੰ ਬਾਹਰ ਕਰ ਦਿਓ, WTO ਦੀ ਨੀਤੀ 'ਚੋਂ ਖੇਤੀ ਨੂੰ ਬਾਹਰ ਕਰ ਲਓ, ਤੁਸੀਂ ਆਪਦਾ ਮਾਡਲ ਬਣਾਓ ਆਪਣੇ ਦੇਸ਼ ਦੇ ਹਿਸਾਬ ਨਾਲ ਜਿਹੜੇ ਤੁਹਾਡੇ ਛੋਟੇ ਕਿਸਾਨਾਂ ਲਈ, ਆਮ ਕਿਸਾਨਾਂ ਲਈ ਠੀਕ ਹੋ ਸਕੇ। ਗੱਲ ਤਾਂ ਇਹ ਵੀ ਸਮਝਣ ਵਾਲੀ ਆ ਵੀ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ, ਕਿ ਤੁਸੀਂ ਮੰਨ ਲਓ ਕਿ MSP ਤੂੰ ਵੀ ਨਾ ਦਿਓ, ਤੁਸੀਂ ਇਹ ਵੀ ਨਾ ਦਿਓ, ਕੁੱਲ ਮਿਲਾ ਕੇ ਜਿਹੜੀ ਸਾਂਝੀ ਗੱਲ ਉਹ ਤਾਂ ਇਹ ਹੈ ਕਿ ਫੂਡ ਸਿਕਿਉਰਿਟੀ ਜ਼ਰੂਰੀ ਹੋਵੇ ਅਤੇ ਕਿਸਾਨ ਦੀ ਜ਼ਿੰਦਗੀ ਖੁਸ਼ਹਾਲ ਹੋਵੇ, ਉਸਦੇ ਲਈ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ। ਪਰ ਥੋੜ੍ਹਾ ਜਿਹਾ ਆਪਣੇ ਤਜਰਬੇ ਤੋਂ ਦੱਸੋ ਵੀ ਜਿਵੇਂ ਤੁਸੀਂ, ਤੁਹਾਡੀ ਇੱਕ ਮੰਗ ਇਹ ਵੀ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ, ਉਸ ਦੇ ਵਿੱਚ ਜੋ ਇੱਕ ਕੈਲਕੂਲੇਸ਼ਨ ਹੈ 5 ਲੱਖ ਕਰਜ਼ੇ ਦੀ ਗੱਲ ਹੁੰਦੀ ਹੈ, ਸਰਕਾਰੀ 3 ਲੱਖ ਕਰਜ਼ੇ ਦੀ ਗੱਲ ਹੈ, ਉਹ ਤਾਂ ਸਰਕਾਰ ਮਾਫ਼ ਕਰ ਹੀ ਸਕਦੀ ਹੈ ਜੇ ਕਰਨਾ ਹੋਵੇ, ਪਰ ਪੋਜੀਸ਼ਨ ਕੀ ਹੈ ਵੀ ਇਹ ਕਰਜ਼ਾ
ਕਿਸ ਤਰ੍ਹਾਂ ਚੜ੍ਹਿਆ ਆ, ਤੁਸੀਂ ਜਦੋਂ ਪਿੰਡਾਂ ਦੇ ਵਿੱਚ ਦੇਖਿਆ ਆ ਕਿਸਾਨਾਂ ਦੇ ਐਕਸਪੀਰੀਅੰਸ ਤੋਂ, ਤਜਰਬੇ ਤੋਂ ਦੱਸੋ ਵੀ ਸਰਕਾਰ ਜੇ ਇੰਨੀ ਬਦਹਾਲ ਜ਼ਿੰਦਗੀ ਹੈਗੀ ਹੈ ਉਸਦੇ ਬਾਵਜੂਦ ਇੱਕ ਫੂਡ ਸਿਕਿਉਰਿਟੀ ਲਗਾਤਾਰ ਪੰਜਾਬ ਦੇ ਕਿਸਾਨ ਦੇ ਰਹੇ ਨੇ, ਬਾਕੀ ਕਿਸਾਨ ਵੀ ਉਸੇ ਤਰ੍ਹਾਂ ਦੇ ਰਹੇ ਨੇ, ਪਰ ਸਰਕਾਰ ਉਸ ਦਰਦ ਨੂੰ ਕਿਉਂ ਨਹੀਂ ਸਮਝਣਾ ਚਾਹੁੰਦੀ? ਉਸ ਦੇ ਵਿੱਚ ਕੀ ਹੁਣ ਤੱਕ ਦਾ ਗੱਲਾਂ ਦਾ ਗੇੜ, ਗੱਲਾਂ ਦਾ ਕੜਾ ਤੁਰਦਾ ਆ ਰਿਹਾ? ਦੇਖੋ, ਇਹਨੂੰ ਇਸ ਗੱਲ ਨੂੰ ਮੁੱਢੋਂ ਸੁੱਢੋਂ ਸਮਝਣਾ ਪਊਗਾ। ਤੁਸੀਂ ਐਂ ਨਹੀਂ ਸਮਝ ਸਕਦੇ, ਤੁਸੀਂ ਸਾਡੀ ਖੇਤੀਬਾੜੀ ਦਾ ਕਾਰਖਾਨਾ ਦੇਖ ਲਓ ਜੀ। ਅਸੀਂ 1 ਕਿਲੋ ਬੀਜ ਪਾਉਂਦੇ ਹਾਂ, ਸਾਡਾ 60-40 ਕਿਲੋ ਬੀਜ ਨਿਕਲਦਾ ਖੇਤ 'ਚ। ਸਾਡੇ ਕਾਰਖਾਨੇ ਦੀ ਪ੍ਰੋਡਕਸ਼ਨ ਤਾਂ ਬਹੁਤ ਜ਼ਿਆਦਾ, ਫਿਰ ਵੀ ਅਸੀਂ ਕਰ ਜਾਈਏ ਬਿਲਕੁਲ। ਦੂਸਰੇ ਬੰਨੇ ਤੁਸੀਂ ਥੋੜ੍ਹਾ ਕਾਰਪੋਰੇਟ ਨੂੰ ਦੇਖੋ, ਜਿਹੜੀ ਗੱਡੀ 'ਚ ਤੁਸੀਂ ਬੈਠੇ, ਜਿਹੜੇ ਟਰੈਕਟਰ 'ਤੇ, ਉਹ ਸਾਰਾ ਉਹ ਪੈ, ਉਹਨਾਂ ਦੇ ਕਾਰਖਾਨੇ 'ਚ ਕੱਚਾ ਮਾਲ ਰਬੜ ਦਾ ਜਾਵੇ, ਲੋਹੇ ਦਾ ਜਾਵੇ, ਕਿਸੇ ਵੀ ਚੀਜ਼ ਦਾ ਜਾਵੇ, ਉਹ ਕਹਿੰਦੇ ਘੱਟ ਕੇ ਨਿਕਲਦਾ, ਵੱਧ ਕੇ ਨਿਕਲਦੇ ਨੇ ਬਿਲਕੁਲ। ਜੇ ਲੋਹਾ ਕਿਸੇ ਕਾਰਖਾਨੇ 'ਚ 10 ਕੁਇੰਟਲ ਗਿਆ ਤਾਂ ਵੱਧ ਕੇ ਤਾਂ ਨਹੀਂ ਆਉਣਾ, ਉਹਦੀ ਵੇਸਟੇਜ ਜਾਣੀ ਹੈ। ਉਹਨਾਂ ਦੇ ਕਾਰਖਾਨੇ 'ਚੋਂ ਮਾਲ ਘੱਟ ਕੇ ਨਿਕਲਦਾ, ਉਹ ਖਰਬਾਂ ਪਤੀ। ਸਾਡੇ ਕਾਰਖਾਨੇ 'ਚ ਮਾਲ ਕਿਲੋ ਪਾਇਆ, 60 ਨਿਕਲਿਆ, 40 ਨਿਕਲਿਆ, ਅਸੀਂ ਕਰਜਾਈ ਦੇ ਕਰਜਾਈ। ਫਿਰ ਰੀਜਨ ਤਾਂ ਲੱਭਣਾ ਚਾਹੀਦਾ, ਰਿੜਕਾ ਕਿੱਥੇ ਹੈ? ਸਾਡੇ ਵਾਲੀ ਚੀਜ਼ ਦਾ ਮੁੱਲ ਨਹੀਂ ਹੈ। ਪ੍ਰੋਡਕਸ਼ਨ ਤਾਂ ਅਸੀਂ ਬਹੁਤ ਹਾਂ, ਪ੍ਰੋਡਕਸ਼ਨ ਤਾਂ ਹੋਰ ਵੀ ਕਰੀ ਜਾਂਦੇ, ਪੈਦਾਵਾਰੀ ਤਾਂ ਕੋਈ ਰੌਲਾ ਨਹੀਂ ਸਾਡਾ। ਸਵਾਲ ਇਸ ਗੱਲ ਦਾ ਵੀ ਜਦੋਂ ਤੁਸੀਂ ਜਿਹੜੇ ਉਹਦੇ 'ਤੇ ਲਾਗਤ ਖਰਚਾ ਆ ਰਿਹਾ ਉਹ ਨਹੀਂ ਦਿੰਦੇ ਹੈਗੇ, ਨਹੀਂ ਸਰਦਾ ਹੈਗਾ। ਤੁਸੀਂ ਅਸੀਂ ਡੀਜ਼ਲ ਵਰਤਦੇ ਹਾਂ, ਬੀਜ ਵਰਤਦੇ ਹਾਂ, ਖਾਦ ਵਰਤਦੇ ਹਾਂ, ਦਵਾਈਆਂ ਵਰਤਦੇ ਹਾਂ, ਲੇਬਰ ਦੇ ਖਰਚੇ ਆ, 20 ਕਿਸਮ ਦੇ ਮੰਡੀ ਦੀ ਢੋਆ ਢਵਾਈ ਦੇ ਖਰਚੇ ਆ, ਅਸੀਂ ਮੋਟਰ ਲਵਾਈ ਹੋਈ ਆ ਉੱਤੇ ਪੈਸਾ ਕਿੰਨਾ ਲੱਗਾ, ਮਸ਼ੀਨਰੀ ਕਿੰਨੀ, 8-10 ਦਾ 15-20 ਲੱਖ ਦੀ ਘਰਾਂ 'ਚ ਰੱਖੀ, ਉਹ ਸਾਰੇ ਦਾ ਲਾਗਤ ਖਰਚਾ ਕੱਢੋ, ਸਾਡਾ ਲਾਗਤ ਖਰਚਾ ਕਿੰਨਾ ਲੱਗਾ। ਜੇ ਜ਼ਮੀਨ ਦਾ ਮੁੱਲ ਤਾਂ ਮੈਨੂੰ ਲੱਗਦਾ ਦੇ ਨਹੀਂ ਸਕਦੇ ਫਿਰ, ਕਾਰਖਾਨੇਦਾਰ ਆਪਦੇ ਖਰਚੇ ਐਂ ਕੱਢਦਾ ਵੀ ਮੇਰੀ ਕੁੱਲ ਲਾਗਤ ਪੂੰਜੀ ਦਾ ਇਨਵੈਸਟਮੈਂਟ ਕਿੰਨਾ ਵਾ, ਉਹਦੇ ਵਿੱਚੋਂ ਮੈਨੂੰ ਕੀ ਬਚਦਾ? ਸਾਨੂੰ ਤਾਂ ਭਾਈ ਕੁਝ ਵੀ ਨਹੀਂ ਬਚਦਾ, ਸਾਡੇ ਤਾਂ ਲਾਗਤ ਖਰਚੇ ਵੀ ਨਹੀਂ ਪੂਰੇ ਹੁੰਦੇ। ਤਾਂ ਕਰਜ਼ੇ ਦੇ ਕਾਰਨ ਹੋਰ ਨੇ। ਹੁਣ ਦਪਿੰਦਰ ਸ਼ਰਮਾ ਨੇ ਇੱਕ ਰਿਪੋਰਟ ਕੱਢੀ ਜੀ ਵੀ ਤੁਸੀਂ 1970 ਦੇ ਰੇਟ ਲੈ ਲਓ, ਵੀ ਮੰਨ ਲਓ 75 ਰੁਪਏ ਕਣਕ ਦਾ, ਹੁਣ ਅੱਜ ਕੱਢੋ ਇਹਨਾਂ ਨੇ ਅਤੇ 30-38-33 ਗੁਣਾ ਰੇਟ ਸਾਡਾ ਵਧਿਆ ਹੈ। ਉਹ ਕਹਿੰਦਾ ਉਦੋਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਢ ਲਓ, ਮੇਰੇ ਕੋਲ ਫੌਜੀ ਸਾਨੂੰ ਮਿਲਦੇ ਕਹਿੰਦਾ 90 ਰੁਪਈਏ, ਕਹਿੰਦਾ 120 ਰੁਪਈਏ, ਕੋਈ ਕਹਿੰਦਾ ਸੀ ਯਾਰ 75 ਰੁਪਈਏ ਸਾਡੀ ਪੇਮੈਂਟ ਸੀ। ਚੱਲ ਉਹਨੂੰ 30 ਗੁਣਾ ਕਰ ਦਿਉ, ਮਤਲਬ 120 ਰੁਪਈਏ ਨੂੰ 30 ਗੁਣਾ 'ਤੇ ਲੈ ਜਾਓ ਬਿਲਕੁਲ, ਤਾਂ ਕਿੰਨਾ 3500-3200 ਰੇਟ ਹੋ ਜਾਊ। ਹੁਣ ਦੱਸੋ ਕੋਈ ਫੌਜੀ 3200 'ਤੇ ਬਾਰਡਰ 'ਤੇ ਜਾਊਗਾ? ਆਹ ਤੁਹਾਡੇ ਸਾਹਮਣੇ ਬੈਠਾ ਕਿਸਾਨ ਇਹ 32 ਗੁਣਾ ਵਧਾ ਕੇ ਅੱਜ ਵੀ ਖੜਾ ਵਾ ਮੰਡੀ, ਤਾਂ ਨਹੀਂ ਸਮਝਿਆ ਜਾਂਦਾ ਕਿਸਾਨ ਨੂੰ ਵੀ ਇਨਪੁੱਟਸ ਇਹਦੇ ਦੇਖ ਲਓ। ਉਹ ਜਿਹੜੇ ਅੰਕੜੇ ਕੱਢਦਾ 70 ਤੋਂ ਲੈ ਕੇ 2015 ਤੱਕ, ਕਹਿੰਦਾ ਵੀ 114 ਗੁਣਾ ਇਨਪੁੱਟਸ ਵੱਧ ਗਏ ਨੇ। ਡੀਜ਼ਲ ਦਾ ਤੁਸੀਂ ਰੇਟ ਵੇਖ ਲਓ ਬਿਲਕੁਲ, ਕਾਂਗਰਸ ਵਾਲੇ ਕਹਿੰਦੇ ਨੇ ਵੀ ਸਾਡੇ ਵੇਲੇ ਤਾਂ 66-65 ਸੀ ਜੀ, ਹੁਣ ਕਿੱਥੇ ਗਿਆ ਹੈ? ਇਕੱਲੇ ਡੀਜ਼ਲ 'ਤੇ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਸੈਂਕੜੇ ਗੁਣਾ ਦੇ ਹਿਸਾਬ ਨਾਲ ਮਲਟੀਪਲਾਈ ਕਰਕੇ ਰੇਟ ਵੱਧ ਰਹੇ ਨੇ। ਦਵਾਈਆਂ ਦੇ ਹਰ ਸਾਲ ਵੱਧ ਰਹੇ ਨੇ, ਤੁਸੀਂ ਖਾਦ ਵਾਲੀ ਬੋਰੀ ਨੂੰ 50 ਤੋਂ 45 ਕਰਤਾ ਰੇਟ, ਉਹ ਰਹਿਣ ਤਾਂ ਉਹਨੂੰ ਪਤਾ ਨਹੀਂ ਲੱਗਾ ਬਣਿਆ ਕੀ ਮਿਲਣਾ ਬਿਲਕੁਲ, ਉਹ 5 ਕਿਲੋ ਘਟਾਤੀ ਰੇਟ, ਉਹ ਰਹਿਣ ਤਾਂ ਉਹ 5 ਕਿਲੋ ਦਾ ਰੇਟ ਪੈ ਗਿਆ ਤਾ। ਤਾਂ ਮਤਲਬ ਐਂ ਨਹੀਂ ਕਿਹਾ ਜਾ ਸਕਦਾ ਕਿਸਾਨਾਂ ਨੂੰ ਵੀ, ਕਿਸਾਨ ਜਿਹੜੇ ਤਰਕ ਦਿੱਤੇ ਜਾਂਦੇ ਨੇ ਉਹ ਹੋਰ ਨੇ। ਦੇਖੋ ਦੋਵਾਂ ਚੀਜ਼ਾਂ ਨੂੰ ਅਸੀਂ ਇੱਕ ਟੈਕਨੀਕਲ ਕਦੀ ਸਮਝ ਨਹੀਂ, ਖੇਤੀ ਦਾ ਘਾਟੇਮੰਦ ਹੋਣਾ ਇਹ ਆਰਥਿਕਤਾ ਨਾਲ ਜੁੜੀ ਹੋਈ ਗੱਲ ਆ ਜੀ। ਇਹਨੂੰ ਸਾਡੇ ਸਮਾਜ ਦੇ ਵਿੱਚ ਮਰਨਿਆਂ 'ਤੇ ਵਿਆਹਾਂ 'ਤੇ ਖਰਚ ਕਰਨਾ ਇਹ ਸਮਾਜਿਕ ਇਸ਼ੂ ਆ,
ਇਹ ਦੋਵਾਂ ਨੂੰ ਰਲ ਗੱਡ ਨਹੀਂ ਕਰਨਾ। ਟੋਟਲ ਜਦੋਂ ਮੈਂ ਗੁੱਸਾ ਆਉਂਦਾ ਮੈਂ ਪ੍ਰੈਸ 'ਚ ਦੇਖਦਾ ਵੀ ਇਹਨਾਂ ਦਾ ਸੰਬੰਧ ਕੋਈ ਨਹੀਂ ਤੁਹਾਡੇ, ਇਹ ਮਰਨੇ ਵਿਆਹ ਤੁਹਾਡੇ ਕਲਚਰ ਨਾਲ ਸੰਬੰਧ ਰੱਖਦੇ, ਖੇਤੀ ਦਾ ਸੰਕਟ ਸਰਕਾਰ ਦੀ ਨੀਤੀ ਨਾਲ ਸੰਬੰਧ ਰੱਖਦਾ, ਅਤੇ ਦੋਵਾਂ ਨੂੰ ਰਲ ਗੱਡ ਨਹੀਂ ਕਰ ਸਕਦੇ। ਇਹ ਤਾਂ ਤੁਹਾਡੇ ਸਮਾਜਿਕ ਰਾਈਬਰ ਫੇਲ ਹੋਏ ਆ ਜੇ ਤੁਸੀਂ ਇੱਧਰ ਲਹੋ ਤਾਂ, ਵੀ ਵਿਆਹ ਸ਼ਾਦੀ 'ਤੇ ਤੁਹਾਡਾ ਸਿੰਘ ਸਾਹਿਬ ਕਿਹੜੀ ਹਿਸਾਬ ਨਾਲ ਜ਼ਿੰਦਗੀ ਜੀ ਰਿਹਾ, ਤੁਹਾਡੇ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿਹੜੀ ਜ਼ਿੰਦਗੀ ਜੀ ਰਹੇ, ਤੁਹਾਡੇ ਜਿੰਨੇ ਵੀ ਆਦਰਸ਼ ਨੇ ਕਿ ਗੁਰੂ ਦੀ ਵਿਚਾਰਧਾਰਾ 'ਤੇ ਚੱਲ ਰਹੇ, ਠੀਕ ਆ। ਅਕਾਲੀ ਦਲ ਦੀ ਰਹਿਤ ਮਰਿਆਦਾ ਪਹਿਲਾਂ ਹੁੰਦੀ ਨਾ ਸੋਨਾ ਦੇਣਾ ਅਤੇ ਨਾ ਸੋਨਾ ਲੈਣਾ, ਕਿੱਥੇ ਗਿਆ ਅੱਜ? ਫਿਰ ਜੋ ਤੁਸੀਂ ਆਦਰਸ਼ ਤੁਹਾਡੇ ਕੰਮ ਕਰਨਗੇ ਉਹ ਤੁਹਾਡੇ ਸਮਾਜ ਵਿੱਚ ਨਜ਼ਰ ਆਊਗਾ, ਬਿਲਕੁਲ। ਤੁਸੀਂ ਉਹਨੂੰ ਖੇਤੀ ਨਾਲ ਨਾ ਰੜ ਗੜ ਕਰ, ਮਤਲਬ ਸਮਾਜਿਕ ਫੇਲੀਅਰ ਹੋਰ ਆ ਵੀ ਆਹ ਚੀਜ਼ਾਂ ਕਿਉਂ ਹੋ ਰਹੀਆਂ। ਜੇ ਵਿਦੇਸ਼ਾਂ ਦਾ ਵੀਸੀ ਸਾਈਕਲ 'ਤੇ ਆ ਰਿਹਾ ਤਾਂ ਸਾਡੇ ਵਾਲਾ ਵੀਸੀ ਕਿੱਥੋਂ ਆ ਰਿਹਾ? ਸਾਡੇ ਇੰਸਟੀਚਿਊਟ ਫੇਲ ਹੋਏ ਨੇ ਇਹਨਾਂ ਕੰਮਾਂ 'ਚ, ਇਹ ਕਿਸਾਨਾਂ ਦਾ ਨਹੀਂ ਲੈਣਾ ਦੇਣਾ ਹੈ, ਠੀਕ ਆ। ਇਸ ਕਰਕੇ ਖੇਤੀ ਸੰਕਟ ਉਹ ਨੀਤੀ ਕਰਕੇ ਸਰਕਾਰ ਦੀ ਕਰਕੇ ਫੇਲ ਹੋਇਆ, ਤਾਂ ਇਸ ਕਰਕੇ ਕਿਸਾਨਾਂ ਸਿਰ ਕਰਜ਼ਾ ਚੜ੍ਹਨਾ ਹੀ ਚੜ੍ਹਨਾ ਵਾ, ਗਾਂਹ ਵੀ ਜੋ ਮਰਜ਼ੀ। ਸਵਾਲ ਤਾਂ ਹੈ ਵੀ ਤੁਸੀਂ 10 ਕਮਾਉਂਦੇ ਜੇ ਤੁਹਾਡਾ ਲਾਗਤ 15 ਵਾ, ਉਹ ਕਿੱਥੋਂ? ਉਹ ਚੜ੍ਹਨੇ ਹੀ ਚੜ੍ਹਨੇ, ਬਿਲਕੁਲ। ਭਾਵੇਂ ਇਹਨਾਂ ਦੇ ਢਿੱਡਾਂ ਨੂੰ ਗੰਢ ਵੀ ਦੇ ਦਿਓ ਤੁਸੀਂ, ਕਈ ਵਾਰ ਔਖੇ ਜਿਹੇ ਨੇ ਲਿਆਓ ਕੋਈ ਤਾਂ ਗੰਢ ਦੇ ਦਿਓ ਢਿੱਡ ਨੂੰ। ਨਹੀਂ, ਨੈਰੇਟਿਵ ਤਾਂ ਇਹ ਵੀ ਖਤਰਨਾਕ ਹੈ ਵੀ ਤੁਸੀਂ ਇਹ ਕਿਉਂ ਮੰਨ ਕੇ ਚੱਲ ਰਹੇ ਹੋ ਵੀ ਕਿਸਾਨ ਸਾਦੀ ਰੋਟੀ ਹੀ ਖਾਵੇ? ਹਾਂ, ਨਹੀਂ ਨਾ, ਉੱਦਾਂ ਮੈਂ ਕਹਿੰਦਾ ਵੀ ਜੀਣ ਦਾ ਹੱਕ ਨਹੀਂ ਦੇਣਾ ਵੀ ਤੁਸੀਂ ਹੱਸਦੇ ਖੇਡਦੇ ਚੰਗੀ ਜ਼ਿੰਦਗੀ ਜਿਉਂਦੇ ਕਿਉਂ ਨਜ਼ਰ ਨਹੀਂ ਆਉਂਦੇ? ਤਾਂ ਮੈਂ ਤਾਂ ਕਹਿੰਦਾ ਵੀ ਜਿੱਥੋਂ ਤੱਕ ਕਾਰਪੋਰੇਟ ਦਾ ਸਵਾਲ ਹੈ, ਉਹਦਾ ਇੱਕ ਇੱਕ ਚੀਜ਼ ਦਾ ਤੁਸੀਂ, ਮੈਂ ਇੱਕ ਸੌਖਾ ਜੋ ਮੈਂ ਕਿਸਾਨੀ 'ਚ ਗੱਲਾਂ ਕਰਨਾ ਚਾਹੁੰਦਾ। ਪਹਿਲੋਂ ਕਹਿੰਦੇ ਜਿਹੜੇ ਕਿਸਾਨਾਂ ਨਾਲ ਜੁੜੇ ਸਾਡੇ ਜਿਹੜੇ ਨਦੀਨ ਨਾਸ਼ਕ ਆਏ ਆਈਸੋਪਟਾਨ ਆਈ ਜੀ, ਉਹ ਕੜਾਏ 'ਚ ਘੋਲਦੇ ਹੁੰਦੇ, ਤਾਂ ਉਹ 150 ਰੁਪਏ ਦਾ ਰੇਟ ਸੀ ਉਹਦਾ, ਇੰਨੀ ਕੁ ਤੱਕ ਸਾ ਉਹ। ਫਿਰ ਇਹਨਾਂ ਨੇ ਜਾਣ ਬੁੱਝ ਕੇ ਸੰਕਟ ਪੀਤਾ ਵੀ ਤਾਂ ਕੋਈ ਚੀਜ਼ ਇੱਕ ਇਸਤੇਮਾਲ ਨਦੀਨ ਨਹੀਂ ਸੀ ਵਰਤੇ, ਨਦੀਨ ਨਹੀਂ ਵਰਤੇ। ਉਹਦੇ ਵਿੱਚ ਵੱਡੀ ਦਵਾਈ ਆ ਗਈ ਲੀਡਰ, ਜਿਹੜੀ ਬਹੁਤ ਮਸ਼ਹੂਰ ਹੋਈ, ਚੱਕ ਕੇ 750 150 ਦੀ ਚੀਜ਼ 750 ਅਤੇ ਕਿਸਾਨ ਕਹਿੰਦਾ ਯਾਰ ਜਿੱਦਾਂ ਮਰਜ਼ੀ ਨਿਦਨ ਮਰਨਾ ਚਾਹੀਦਾ। ਅਸੀਂ ਰੌਲਾ ਪਾਇਆ ਵੀ ਇਹ ਰੇਟ ਬਹੁਤ ਜ਼ਿਆਦਾ, ਵੀ ਸਿੱਧੀ ਇਨਪੁੱਟ 750 ਉਹਦਾ ਜੀ ਯਾਰ ਮਿਲ ਜਾਏ ਨਿਦਨ ਨਹੀਂ ਮਰਦਾ। ਪਹਿਲਾਂ ਉਹਦੀਆਂ ਚਾਂਗਰਾਂ ਕਢਾ ਲਈਆਂ ਜੀ, ਸਟੱਡੀ ਇਹਨਾਂ ਕੋਲ ਹੁੰਦੀ ਆ ਵੀ 2-4 ਸਾਲ ਕਿਸੇ ਦਵਾਈ ਨਾਲ ਨਿਦਨ ਮਰਨਾ ਦਿਓ, ਫਿਰ ਨਵੀਂ ਲਿਆਵਾਂਗੇ ਤੇ ਰੇਟ। ਚਲੋ ਅਸੀਂ ਕਿਸਾਨ, ਉਹ ਕਹਿੰਦੇ ਨਹੀਂ ਪਨੀਰ ਇਹ 700 ਦੀ ਹੋਣੀ, 750 'ਚ ਵੇਚਣੇ। ਕਿਹਾ ਚਲੋ ਅਗਲੇ ਸਾਲ, ਕਿਉਂਕਿ ਉਹ ਟੈਕਨੀਕ ਜਪਾਨ ਦੀ ਸੀ, ਅਮਰੀਕਾ ਨੇ ਲਈ ਸੀ ਉਹਦੀ ਮਿਨਸੈਂਟੋ ਨੇ, ਠੀਕ ਆ। ਇਹਦੋਂ ਬਾਅਦ ਚਾਈਨਾ ਆ ਗਿਆ ਬਾਜ਼ਾਰ 'ਚ ਵੀ, ਆ ਤਾਂ ਮੈਂ ਲੁੱਟਿਆ ਗਿਆ। ਉਹਦੀਆਂ ਦੂਜੀਆਂ ਕੰਪਨੀਆਂ ਪਿਊਮਾ ਸੁਪਰ ਅਤੇ ਇੱਕ ਟੋਪਕ ਆਈ, ਉਹਨੇ ਮਾਰਕੀਟ 'ਚ ਫਿਰ ਲਾਂਚ ਕੀਤੀ ਭਾਰਤ 'ਚ। ਹੁਣ ਮੁਕਾਬਲਾ ਚੱਲਿਆ, ਲੀਡਰ ਵਿਕ ਨਹੀਂ ਰਹੇ। ਉਹੀ ਲੀਡਰ ਤੀਜੇ ਸਾਲ 300 ਨੂੰ ਵਿਕੀ ਆ, ਰਿਕਾਰਡ ਆ ਪੰਜਾਬ ਦੇ 'ਚ। ਮੈਨੂੰ ਦੱਸਣ ਸਾਰੀ ਦੁਨੀਆ ਦੇ ਲੋਕ ਵੀ ਉਹ 750 ਦੀ ਤੀ 300 'ਚ ਕਿਵੇਂ ਵਿਕ ਗਈ। ਕੋਈ ਕਾਰਪੋਰੇਟ ਕੰਪਨੀ ਆਪਦੇ ਪ੍ਰੋਡਕਟ 'ਤੇ 350-300 ਦਾ ਰੇਟ ਕਰਾ ਕੇ ਰਾਤੋਂ ਰਾਤ ਕੰਗਾਲ ਕੇ ਉਹਨਾਂ ਜੀ, ਉਹ ਦਵਾਈ ਪੰਜਾਬਾਂ ਦੀ ਸੀ, ਅਗਲੇ 750 'ਚ ਵਿਕੀ। ਸਾਡੇ ਵਾਲੀ ਆਪ ਕਹਿੰਦੇ ਆ ਯਾਰ ਤੁਹਾਨੂੰ ਮਿਨੀਮਮ ਸਪੋਰਟ ਪ੍ਰਾਈਜ਼ ਦੇ ਰਹੇ। ਫਿਰ ਦੱਸੋ ਸਾਡਾ ਕਰਜ਼ਾਈ ਹੋਣਾ ਜਾਇਜ਼ ਆ? ਅਸੀਂ ਕਰਜ਼ਾਈ ਕਿਉਂ ਨਾ ਹੋਵਾਂਗੇ? ਸਾਨੂੰ ਤਾਂ ਮਿਲਦਾ ਹੀ ਨਹੀਂ ਕੁਛ ਉੱਧਰ। ਤਾਂ ਟੈਕਨੀਕਲ ਗੱਲਾਂ ਸਮਝਣ ਤੋਂ ਬਗੈਰ ਏਸੀ ਰੂਮਾਂ 'ਚ ਸਾਡੇ ਅਨੈਲਿਸਿਸ ਕਰ ਕੀਤਿਆਂ ਇਹ ਚੀਜ਼ਾਂ ਨਹੀਂ ਚੱਲਣੀਆਂ, ਠੀਕ ਹੈ ਨਾ। ਕੋਈ ਵੀ ਕਿੱਤਾ ਵਾ ਤੁਹਾਡਾ, ਕੋਈ ਵੀ ਕਿੱਤਾ ਵਾ, ਜਿੰਨਾ ਚਿਰ ਉਹ ਮੁਨਾਫੇ ਵਾਲਾ ਨਹੀਂ ਹੈਗਾ ਉਨਾ ਚਿਰ ਤੁਸੀਂ ਸਰਵਾਈਵ ਕਰ ਨਹੀਂ ਸਕਦੇ। ਬਿਲਕੁਲ। ਤੁਹਾਡਾ ਜਿਹੜਾ MSP ਤੋਂ ਇਲਾਵਾ ਹੋਰ ਮੰਗਾਂ ਦੇ ਵਿੱਚ ਆ ਰਿਹਾ ਕਿ 700 ਕਿਸਾਨ ਸ਼ਹੀਦ ਹੋਏ 2020 ਦੇ ਅੰਦੋਲਨ 'ਚ, ਅਤੇ ਇੱਕ ਬਹੁਤ ਮੰਦਭਾਗੀ ਘਟਨਾ ਹੁਣ ਵੀ ਵਾਪਰੀ ਹੈ ਕਿ ਸਾਡਾ ਇੱਥੋਂ ਵੀ ਇੱਕ ਕਿਸਾਨ ਪੂਰਾ ਹੋ ਗਿਆ,
ਅਤੇ ਉਹਦੀ ਕੈਲਕੂਲੇਸ਼ਨ 'ਚ ਵੀ ਬੇਸ਼ੱਕ ਆਪਾਂ ਕਹੀਏ ਦਿਲ ਦਾ ਦੌਰਾ ਆ, ਪਰ ਇੱਕ ਹਾਲਾਤ ਆ ਵੀ ਇਹੋ ਜਿਹੀ ਠੰਡ ਦੇ ਵਿੱਚ ਇੱਥੇ ਬੈਠਣਾ, ਬਜ਼ੁਰਗ ਸਰੀਰ ਹੈ, ਬਹੁਤ ਸਾਰੀਆਂ ਗੱਲਾਂ. ਫਿਰ ਲਗਾਤਾਰ ਅਥਰੂ ਗੈਸ, ਉਹ ਵੀ ਡਰੋਨ ਰਾਹੀਂ ਹਮਲੇ ਹੋ ਰਹੇ ਨੇ. ਉਸਦੇ ਹੁਣ ਇੱਕ ਤਰ੍ਹਾਂ ਦਾ 701 ਹੋ ਗਏ. ਫਿਰ ਲਖੀਮਪੁਰ ਖੀਰੀ ਵਾਲਾ ਕੇਸ ਆ ਜਿਹੜਾ, ਸ਼ਰੇਆਮ ਵੀਡੀਓ ਰਿਕਾਰਡ ਹੈਗਾ ਆ, ਉਸਦੇ ਬਾਵਜੂਦ ਜੇ 3 ਸਾਲਾਂ ਦੇ ਵਿੱਚ ਵੀ ਕੋਈ ਕਾਰਵਾਈ ਉਸ ਤਰ੍ਹਾਂ ਦੀ ਨਹੀਂ ਹੋਈ, ਤਾਂ ਉਹ ਵੀ ਤੁਹਾਡੀ ਇੱਕ ਮੰਗ ਆ. ਇਸ ਪੋਜੀਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਸਰਕਾਰ ਦਾ ਇਸ ਪੋਜੀਸ਼ਨ ਦੇ ਉੱਤੇ ਤਰਕ ਕੀ ਹੈ, ਤੁਹਾਨੂੰ ਕੀ ਜਵਾਬ ਨੇ? ਦੇਖੋ ਵੀ ਜਿਹੜੇ ਇਹ ਮਸਲੇ ਨੇ, ਇੱਕ ਹੁੰਦੀਆਂ ਸਾਡੀਆਂ ਮੰਗਾਂ, ਇਹਨਾਂ ਨੂੰ ਅਸੀਂ ਕਹਿੰਦੇ ਅੰਦੋਲਨ ਦੀ ਪੈਦਾਵਾਰ ਅਗਲੀ, ਮੈਨੂੰ ਬਾਈ ਪ੍ਰੋਡਕਟ ਕਹਿੰਦੇ ਅੰਗਰੇਜ਼ੀ 'ਚ, ਵੀ ਕੋਈ ਘੋਲ ਲੜਿਆ ਜਾ ਰਿਹਾ ਉਹਦੀ ਗਾਂ ਪੈਦਾਵਾਰ ਹੋ ਜਾਂਦੀ ਹੈ, ਉਹਦੇ ਵਿੱਚੋਂ ਗਾਂ ਉਪਜ ਜਾਂਦੀ ਹੈ ਜੀ. ਤਾਂ ਇਹ ਸ਼ਹੀਦ ਪਰਿਵਾਰਾਂ ਦੀ ਗੱਲ, ਲਖੀਮਪੁਰ ਖੀਰੀ ਜਾਂ ਹੋਰ ਸਾਡੇ ਇਸ਼ੂ, ਇਹ ਪੈਦਾਵਾਰ ਨੇ ਜਾਂ ਕੇਸ ਜਿਹੜੇ ਸਾਰੇ ਕਿਸਾਨਾਂ 'ਤੇ ਨੇ ਸੀ. ਤਾਂ ਇਹ ਸਾਰੇ ਮਸਲੇ ਵੱਡੇ ਨਹੀਂ ਹੈਗੇ. ਸਰਕਾਰ ਲਈ ਇੱਕ ਚੁਟਕੀ ਦਾ ਕੰਮ, ਕੇਸ ਵਾਪਸ ਲੈਣਾ ਚੁਟਕੀ ਦਾ ਕੰਮ ਹੈ, ਛੋਟੀ ਜਿਹੀ ਰਕਮ ਕਿਸਾਨਾਂ ਨੂੰ ਦੇਣੀ ਇਹ ਛੋਟੀ ਜਿਹੀ ਗੱਲ ਹੈ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਜਾਂ ਸ਼ਹੀਦਾਂ ਵਾਸਤੇ ਸਮਾਰਕ, ਠੀਕ ਹੈ ਜੀ. ਕਾਨੂੰਨ ਜਿਹੜਾ ਦੇਸ਼ ਦਾ ਉਹ ਕਹਿੰਦਾ ਵੀ 120 ਦਾ ਪਰਚਾ ਵਾ ਅਜੇ ਮਿਸ਼ਰਾ ਕਹਿੰਦੇ, ਤਾਂ ਉਹਨੂੰ ਮੰਤਰੀ ਮੰਡਲ 'ਚੋਂ ਕੱਢ ਕੇ ਕਾਨੂੰਨ ਦਾ ਸਾਹਮਣਾ ਕਰੇ ਅਗਲਾ ਜੀ. ਠੀਕ, ਇਹ ਵੱਡੇ ਮਸਲੇ ਨਹੀਂ ਹੈ, ਇਹ ਵੀ ਨਹੀਂ ਨਿਬੇੜੇ ਜਾ ਰਹੇ. ਹੁਣ ਸਰਕਾਰ ਦੀ ਨੀਅਤ ਕੀ ਹੈ ਦੇਖ ਲਿਆ, ਜਾਣੀ ਦੀ ਜਿਹੜੇ ਸਾਨੂੰ ਕਹਿੰਦੇ ਵੀ ਇਹ ਜੀ ਸਮੱਗਰੀ ਲੈ ਕੇ ਆ ਰਹੇ ਦੂਜੀ ਜੀ ਵਿਸਫੋਟ, ਉਹ ਦੱਸਣ ਵੀ ਤੁਹਾਡਾ ਇੱਕ ਕੇਂਦਰ ਥਾਂ ਮੰਤਰੀ ਉਹਦਾ ਮੁੰਡਾ ਸ਼ਰੇਆਮ ਸਾਡੇ ਬੰਦੇ ਮਾਰਦਾ, ਹੁਣ ਤੁਸੀਂ ਦੱਸੋ ਵੀ ਸਟੇਟ ਜ਼ੁਲਮ ਕਰਦਾ ਕਿ ਅਸੀਂ ਕਰਦੇ ਹੈਗੇ, ਤਾਂ ਅਸੀਂ ਤਾਂ ਸਹਿਣ ਵਾਲਾ. ਉਹਨੂੰ ਤਾਂ ਗਵਾਵਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਠੀਕ ਆ, ਔਰ ਪੂਰੀ ਤਰ੍ਹਾਂ ਜ਼ਬਰ ਹੋ ਰਿਹਾ. ਤਾਂ ਇਹ ਗੱਲਾਂ ਜੇ ਕਾਨੂੰਨ ਲਾ ਹੀ ਨਹੀਂ ਕਿਸੇ ਮੁਲਕ ਵਿੱਚ ਹੈਗਾ, ਤਾਂ ਸਰਕਾਰ ਨੂੰ ਨੈਤਿਕ ਤੌਰ 'ਤੇ ਕੀ ਹੱਕ ਆ ਵੀ ਉਹ ਸਾਡੇ ਖਿਲਾਫ਼ ਪ੍ਰਚਾਰ ਪ੍ਰੋਪਾਗੰਡਾ ਕਰੇ? ਤੁਸੀਂ, ਤੁਹਾਡੀ ਇੱਕ ਮਜ਼ਦੂਰਾਂ ਦੀ ਵੀ ਮੰਗ ਆ, ਤੁਸੀਂ ਮਨਰੇਗਾ ਨੂੰ ਲੈ ਕੇ ਵੀ ਕੀਤਾ ਕਿ ਉਸਦੇ ਵਿੱਚ 200 ਦਿਨ ਦੀ ਗਰੰਟੀ ਪੂਰੀ ਹੋਵੇ, ਉਸਦੇ ਵਿੱਚ 700 ਰੁਪਏ ਦਾ ਹੋਵੇ, ਅਤੇ ਉਹਦੇ ਵਿੱਚ ਜਿਹੜੇ ਦੂਸਰੇ ਪਾਸੇ ਤੁਹਾਡੇ ਖਲੋਤੇ ਉਹਨਾਂ ਦਾ ਤਰਕ ਆ ਕਿ ਜੇ 700 ਰੁਪਏ ਮੰਗਦੇ ਹੋ, 200 ਰੁਪਏ ਮੰਗਦੇ ਹੋ, ਅਤੇ ਉੜੀਸਾ ਅਤੇ ਉਹਨਾਂ ਦੇ ਵਿੱਚੋਂ ਇਹ 3 ਗੁਣਾ ਜ਼ਿਆਦਾ ਆ, ਅਤੇ ਹਰਿਆਣੇ ਦੇ ਮੁਕਾਬਲੇ ਨਾਲ ਇਹ 2 ਗੁਣਾ ਜ਼ਿਆਦਾ ਆ, ਅਤੇ ਇਸ ਦੇ ਵਿੱਚ ਇੱਕ 8 ਲੱਖ ਕਰੋੜ ਦਾ ਪੂਰਾ ਐਸਟ ਬਣ ਜਾਂਦਾ ਜਿਹੜਾ ਬੋਝ ਬਣੇਗਾ, ਅਤੇ ਦੂਸਰਾ ਉਹਨਾਂ ਦਾ ਇਹ ਵੀ ਤਰਕ ਆ ਕਿ ਜੇ ਮਜ਼ਦੂਰਾਂ ਦਾ ਇਸ ਤਰ੍ਹਾਂ ਦਾ ਬਣ ਜਾਂਦਾ ਆ, ਤਾਂ ਫਿਰ ਪੰਜਾਬ ਨੂੰ ਇਹ ਸੋਚਣਾ ਚਾਹੀਦਾ ਕਿ ਉਹਨਾਂ ਦੇ ਕਿਸਾਨਾਂ ਦੀ ਲੇਬਰ ਦੂਸਰੇ ਸਟੇਟ ਤੋਂ ਇੱਥੇ ਕਿਉਂ ਆਏਗੀ. ਇਸ ਤਰਕ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ 2 ਗੱਲਾਂ ਨੇ, ਤੁਸੀਂ ਕਿਸੇ ਦੇਸ਼ ਦੇ ਨਾਗਰਿਕ ਨੂੰ ਕਿਵੇਂ ਸੋਚਦੇ? ਅਸੀਂ ਤਾਂ ਗੁਲਾਮੀ 'ਚੋਂ ਕੱਢਣਾ ਚਾਹੁੰਦੇ ਹਾਂ ਵੀ ਕਿਸਾਨ ਨੂੰ ਫਸਲ ਦਾ ਰੇਟ ਮਿਲੇ. 2 ਕਿਸਮ ਦੇ ਕਿਸਾਨ ਫਿਰ ਉਹ ਸਰਕਾਰ ਜਿਹੜੇ ਲਾਰੇ ਲੀਡਰ ਲਾਉਂਦੇ ਨੇ ਵੀ ਆਹ ਦੇ ਦਾਂਗਾ, ਉਹ ਉੱਥੋਂ ਨਿਕਲ ਜਾਵੇ. ਦੂਜਾ ਹੈਗਾ ਛੋਟਾ ਕਿਸਾਨ, ਕਿੱਲੇ ਵਾਲਾ 1.5 ਕਿੱਲੇ, ਉਹਦੀ ਕੋਈ ਸਹਾਇਤਾ ਰਾਸ਼ੀ ਹੋਵੇ, ਉਹ ਤਾਂ ਫਸਲ 'ਤੇ ਵੀ ਨਹੀਂ ਚੱਲਣਾ. ਤੀਜਾ ਆ ਗਿਆ ਖੇਤ ਮਜ਼ਦੂਰ, ਤੁਸੀਂ ਛੱਡ ਦਿਓ, ਤੁਸੀਂ 6 ਜੀਆਂ ਦਾ ਪਰਿਵਾਰ ਬਣਾ ਲਓ, ਉਹਦਾ ਅਸੀਂ ਨਹੀਂ ਕਹਿੰਦੇ, ਉਹਦੇ ਮੈਡੀਕਲ ਖਰਚੇ, ਉਹਦੀ ਪੜ੍ਹਾਈ ਲਿਖਾਈ, ਉਹਦੇ ਪਰਿਵਾਰ ਦਾ, ਉਹਦਾ ਕੋਠਾ ਬਟਲਾ, ਤੁਸੀਂ 5 ਮਰਲੇ ਦਾ ਪਲੱਟ, ਉਹਦੇ ਟੋਟਲ 1-6 ਜੀਆਂ ਦੇ ਖਰਚ ਕਰਦੇ. ਜੇ ਤੁਹਾਨੂੰ ਨਹੀਂ ਲੱਗਦਾ ਵੀ ਉਹ 700 ਰੁਪਈਆ ਰੋਜ਼ ਕਮਾ ਕੇ 200 ਦਿਨ ਸਾਲ 'ਚ ਕਿ ਗੁਜ਼ਾਰਾ ਹੋਜੂ, ਜੇ ਉਹਦਾ ਗੁਜ਼ਾਰਾ ਹੋਜੂ ਤਾਂ ਨਾ ਦਿਓ. ਠੀਕ ਹੈ, ਸਵਾਲ ਤਾਂ ਇੱਥੇ ਹੈ ਨਾ ਵੀ ਉਹਨੇ ਜ਼ਿੰਦਗੀ ਜੀਣੀ, ਉਹਨੂੰ ਰੁਜ਼ਗਾਰ ਚਾਹੀਦਾ. ਠੀਕ ਹੈ, ਬਾਕੀ ਚੀਜ਼ਾਂ ਤੁਸੀਂ ਜਿਹੜੀਆਂ
ਆ ਕਹਿੰਦੇ ਕਿਸੇ ਨੂੰ ਕਹਿੰਦੇ ਟੀ ਵੀ ਦੇ ਦਾਂਗੇ, ਕਿਸੇ ਨੂੰ ਕਹਿੰਦੇ ਕੁਛ ਦੇ ਦਾਂਗੇ, ਕਿਸੇ ਨੂੰ ਕਹਿੰਦੇ ਕੁਛ ਦੇ ਦਾਂਗੇ, ਉਹ ਵੀ ਤਾਂ ਪੈਸਾ ਲਾਉਂਦੇ ਜੇ ਚੋਣਵੇਂ ਨਹੀਂ ਫਿਰ ਝੂਠ ਬੋਲਦੇ ਜੇ, ਉਹ ਲਾਲਚਾਂ 'ਚੋਂ ਆ ਜਾਓ ਤੁਸੀਂ, ਉਹਨੂੰ ਪੈਰਾਂ ਸਿਰ ਖੜਾ ਕਰੋ, ਇਹ ਮੁਲਕ ਤਾਂ ਹੀ ਬਚੂਗਾ ਜੇ ਪੈਰਾਂ ਸਿਰ ਖੜਾ ਹੋਊਗਾ। ਅਤੇ ਅਸੀਂ ਤਾਂ ਮੰਗ ਰਹੇ ਹਾਂ ਤੁਸੀਂ ਕੈਲਕੂਲੇਸ਼ਨ ਕਰਾ ਲਓ, ਜੇ ਉੜੀਸਾ ਤੁਹਾਨੂੰ ਘੱਟ ਲੱਗਦਾ ਉਹ ਦਿਹਾੜੀ ਉਹਦੇ, ਉੜੀਸਾ ਦੇ ਮਜ਼ਦੂਰ ਦੀ ਜਿਹੜਾ 6 ਜੀਆਂ ਦਾ ਪਰ ਇੱਕ ਮਾਂ ਪਿਓ ਹੁੰਦਾ, ਇੱਕ ਧੀ ਪੁੱਤ ਅਤੇ ਇੱਕ ਦੋ ਜੀ, ਘੱਟੋ ਘੱਟ ਇਹਦਾ ਦੇਖੋਗੇ ਨਾ, ਉਹਨਾਂ ਦੇ ਖਰਚੇ ਸਾਰੇ ਕੱਢ ਲਓ। ਬਿਲਕੁਲ ਠੀਕ ਆ, ਫਿਰ ਤੁਸੀਂ ਸਾਡੇ ਨਾਲ ਕਹੋ ਵੀ ਅਸੀਂ ਜਿਹੜੀ ਗੱਲ ਮੰਨੀ ਆ ਉਹ ਜਾਇਜ਼ ਆ ਕਿ ਨਹੀਂ ਜਾਇਜ਼ ਆ। 100 ਦਿਨ ਦੇ ਵਿੱਚੋਂ ਵੀ ਤਾਂ 55 ਦਿਨ ਮਿਲ ਰਿਹਾ ਐਵਰੇਜ ਇੰਡੀਆ ਦੇ ਵਿੱਚ ਰੁਜ਼ਗਾਰ, ਉਹ ਰੁਜ਼ਗਾਰ ਮੰਗਿਆ ਨਾ ਅਸੀਂ, ਕੁਛ ਤਾਂ ਨਹੀਂ ਹੋਰ ਮੰਗਿਆ ਵੀ ਕਿਸਾਨ ਨੂੰ ਫਸਲ ਦਾ ਰੇਟ ਦੇ ਦਿਉ, ਮਜ਼ਦੂਰ ਰੁਜ਼ਗਾਰ ਦੇ ਦਿਉ, ਜਾਓ ਤੁਹਾਡਾ ਮੁਲਕ ਤਰੱਕੀ ਕਰੂਗਾ। ਪਰ ਉਹਦੇ ਵਿੱਚ ਤੁਹਾਡੀ ਇੱਕ ਮੰਗ ਪੈਨਸ਼ਨ ਨੂੰ ਲੈ ਕੇ ਵੀ ਹੈ, ਜਿਸ ਦੇ ਬਾਰੇ ਉਹਨਾਂ ਦਾ ਇਹ ਵੀ ਤਰਕ ਹੈਗਾ ਕਿ ਤੁਸੀਂ ਕਿਹਾ ਕਿ ਪੈਨਸ਼ਨ 10,000 ਪਰ ਮੰਥ ਕਿਸਾਨਾਂ ਦੀ ਹੋਣੀ ਚਾਹੀਦੀ ਜਿਹੜੀ 60 ਸਾਲ ਤੋਂ ਉੱਪਰ ਹੈ, ਅਤੇ ਉਸ ਹਿਸਾਬ ਨਾਲ ਇੱਕ ਤਰ੍ਹਾਂ ਦਾ ਇੱਕ ਕਿਸਾਨ ਦਾ 1,20,000 ਸਾਲ ਦਾ ਬਣ ਜਾਂਦਾ, ਜਿਸ ਦਾ ਉਹ ਪੂਰਾ ਕੈਲਕੂਲੇਸ਼ਨ ਬਣਦਾ 12,00,000 ਕਰੋੜ ਸਾਲਾਨਾ। ਉਹਦੇ ਵਿੱਚ ਉਹ ਕਹਿੰਦੇ ਆ ਕਿ 60 ਸਾਲ ਤੋਂ ਉੱਪਰ ਵਾਲੇ ਨੂੰ ਔਲਰੇਡੀ ਜਿਹੜੀ ਜਨਤਕ ਪੈਨਸ਼ਨ ਸਕੀਮ ਹੈ ਉਹਦੇ ਵਿੱਚ 300 ਰੁਪਈਆ ਮਿਲ ਰਿਹਾ, 80 ਸਾਲ ਵਾਲੇ ਨੂੰ 500 ਰੁਪਈਆ ਪਰ ਮੰਥ ਮਿਲ ਰਿਹਾ, ਅਤੇ ਉਹਦੇ ਵਿੱਚ ਜੇ ਉਹ ਪੂਰੀ ਕੈਲਕੂਲੇਸ਼ਨ ਦੇਖਦੇ ਨੇ ਕਿ ਉਹ 60 ਸਾਲ ਤੋਂ ਉੱਪਰ ਵਾਲੇ 15 ਕਰੋੜ ਬਣਦੇ ਨੇ, ਜਿਹਦੇ ਵਿੱਚੋਂ 71% ਲੋਕ ਇਕੱਲੇ 11,00,000 11 ਕਰੋੜ ਦੇ ਨੇੜੇ ਤੇੜੇ ਪਿੰਡਾਂ 'ਚ ਨੇ ਜਿਨ੍ਹਾਂ ਨੂੰ ਔਲਰੇਡੀ ਪੈਨਸ਼ਨ ਮਿਲ ਰਹੀ ਹੈ। ਉਹ ਕਹਿੰਦੇ ਵੀ MSP ਦਾ ਜਦੋਂ ਇੱਕ ਪਾਸੇ ਬਣਦੇ ਉਹ ਤੁਸੀਂ ਕਰਦੇ ਹੋ ਵੀ ਹਾਂ ਉਹ ਤੁਹਾਡਾ ਬੁਨਿਆਦੀ ਹੱਕ ਹੈ ਕਿਉਂਕਿ ਤੁਹਾਡੀ ਫਸਲ ਹੈ, ਪਰ ਨਾਲ ਪੈਨਸ਼ਨ ਲੈਣਾ ਉਹ ਲੱਗਦਾ ਕਿ ਇਹ ਇੱਕ ਤਰ੍ਹਾਂ ਦਾ ਦੋ ਗੱਲਾਂ ਆਪਾਂ ਵਿਰੋਧੀ ਗੱਲਾਂ ਨੇ, ਇਸ ਤਰਕ ਨੂੰ ਤੁਸੀਂ ਕਿਵੇਂ ਵੇਖਦੇ ਹੋ? ਹਾਂ ਦੇਖੋ, ਜਿਹੜੇ ਸਮਾਜ 'ਚ ਆਪਾਂ ਜੀ ਰਹੇ ਹਾਂ, ਤਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਵੀ ਇਹ ਰਿਪੋਰਟ 'ਚ ਦਰਜ ਕੀਤਾ ਵੀ ਤੁਸੀਂ ਕਿਸਾਨ ਨੂੰ ਕੁਸ਼ਲ ਕੰਮ ਆ, ਟ੍ਰੇਡ ਮੰਨੋ, ਕੁਸ਼ਲ ਕੰਮ ਆ ਵੀ ਉਹ ਇੱਕ ਸਿਖਲਾਈ, ਤੁਸੀਂ ਕਿਸੇ ਕੋਲ ਖੇਤੀ ਕਰਾਓ 10 ਸਾਲ ਲੱਗ ਜਾਣਗੇ ਧੱਕੇ ਖਾ ਕੇ, ਫਿਰ ਚੇਤਾ ਆਓ ਇੱਕ ਮੈਨੇਜਰ ਵੀ ਹੈ ਨਾ ਵਿੱਚ ਉਹਦੇ, ਵੀ ਔਰਗਨਾਈਜ਼ ਸਾਰਾ ਕੁਝ, ਉਹ ਕਹਿੰਦਾ ਵੀ ਇਹਨੇ ਸਾਰੀ ਉਮਰ ਕੰਮ ਕੀਤਾ ਆਪਣੇ ਲਈ, ਬੁਢਾਪੇ ਦੇ ਵਿੱਚ ਜਿਹੋ ਜਿਹਾ ਸਮਾਜ ਆ ਭਾਵੇਂ ਕਿ IAS ਅਫਸਰ ਦਾ ਹੋਵੇ, ਮਰਜ਼ੀ ਆ ਮਾਂ ਪਿਓ ਨੂੰ ਪੁੱਛੇ ਤਾਂ ਮਰਜ਼ੀ ਆ ਨਾ ਪੁੱਛੇ, ਸੋਸ਼ਲ ਸਿਕਿਉਰਿਟੀ ਹੈ ਸਮਾਜਿਕ ਤੌਰ 'ਤੇ, ਠੀਕ ਹੈ, ਚਾਹੇ ਤੁਸੀਂ ਇੱਧਰੋਂ ਖੇਤੀ 'ਚੋਂ ਦੇ ਦਿਉ, ਚਾਹੇ ਤੁਸੀਂ ਦੂਜੇ ਢੰਗ ਨਾਲ ਬੁਢਾਪੇ ਪੈਨਸ਼ਨ 'ਚੋਂ ਦੇ ਦਿਉ, ਕੋਈ ਨੀਤੀ ਤਾਂ ਬਣਾਓ, ਅਸੀਂ ਨਹੀਂ ਕਹਿੰਦੇ ਡਬਲ ਡਬਲ ਦੇ ਦਿਉ। ਬਿਲਕੁਲ, ਜੇ ਕੋਈ ਕੇਂਦਰ ਅਤੇ ਸਟੇਟ ਨੂੰ ਲੱਗਦਾ, ਸਟੇਟ ਨੂੰ ਲੱਗਦਾ ਮੈਂ ਕੁਛ ਦੇ ਰਿਹਾ, ਉਹ ਕੇਂਦਰ ਨਾਲ, ਪਰ ਸਾਡੀ ਕੈਟਾਗਰੀ ਅੱਡ ਹੋ ਜਾਵੇ ਵੀ ਅਸੀਂ ਕੁਸ਼ਲ ਕੰਮਾਂ ਮੰਨ ਕੇ ਖੇਤੀ ਵਾਲੇ ਬੰਦੇ ਨੂੰ ਬੁਢਾਪੇ ਵਿੱਚ ਪੈਨਸ਼ਨ, ਉਹਨੇ ਖੇਤ, ਅਸੀਂ ਮਜ਼ਦੂਰ ਨਹੀਂ ਸ਼ਬਦ, ਖੇਤ ਮਜ਼ਦੂਰ ਵੀ ਜਿਹੜੇ ਖੇਤੀ 'ਚ ਕੰਮ ਕਰਨ ਵਾਲੇ ਲੋਕ ਨੇ ਜਦੋਂ ਬੁਢਾਪੇ ਦੀ ਉਮਰ 'ਚ ਜਾਣ ਕੰਮ ਕਰਨ ਦੇ ਲੋਕ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਹੋਵੇ, ਹੋਰ ਕੁਛ ਨਹੀਂ, ਚਾਹੇ ਸਟੇਟ ਵਾਲੀ ਮਿਲ ਰਹੀ ਆ ਕੁਛ ਮਿਲ, ਉਹਨੂੰ ਇੰਟਰਲਿੰਕ ਕਰ ਲਓ। ਅਸੀਂ ਤਾਂ ਕਹਿੰਦੇ ਹੁਣ ਕਿਸੇ ਬਜ਼ੁਰਗ ਲਈ 10,000 ਰੁਪਈਆ 2 ਜੀ ਨੇ, ਉਹਦਾ ਮਾਂ ਨਾ ਪੁੱਛੇ, ਤੁਸੀਂ ਸਮਝਦੇ ਵੱਧ ਹੈ। ਬਿਲਕੁਲ, ਇਹ ਤਾਂ ਪੂਰੇ ਜਿੰਨੇ ਦੀਆਂ ਨੀਤੀਆਂ ਲਾਗੂ ਕਰ ਰਹੇ ਉਹ ਤਾਂ ਦੇ ਕੇ ਬੈਠੇ ਆ, ਬੁਢਾਪੇ ਦੀ ਪੈਨਸ਼ਨ ਸਾਰੀ ਦੇ ਰਹੇ ਨਾ, ਕਿਵੇਂ ਦੇਣਾ ਤੁਸੀਂ? ਗੱਲ ਤਾਂ ਇੰਨੀ ਹੈ ਬਸ, ਹੋਰ ਗੱਲ ਕੋਈ ਨਹੀਂ ਹੈਗੀ। ਹਾਂ, ਪੈਸਾ ਲੱਗਣਾ ਨਹੀਂ ਲੱਗਣਾ ਠੀਕ ਆ, ਅਸੀਂ ਕਹਿੰਦੇ ਹਾਂ ਵੀ ਜਿੰਨੇ ਤੁਸੀਂ ਅਰਕੀ ਬਜਟ ਦੇ ਵਿੱਚ 30% ਟੈਕਸ ਸੀਗਾ ਕਾਰਪੋਰੇਟ ਦਾ, ਅਰਕੀ ਤੁਸੀਂ 22% ਕਰਤਾ, ਉਹ 8% ਨਾ ਘਟਾਉਂਦੇ ਸਾਨੂੰ ਮਿਲ ਜਾਣਾ ਸੀਗਾ। ਬਿਲਕੁਲ, ਪਰ 8,00,000 ਕਰੋੜ ਦਾ ਮਨਰੇਗਾ ਦਾ ਉਹਨਾਂ ਦਾ ਐਸਟੀਮੇਟ ਆ, 12,00,000 ਕਰੋੜ ਦਾ ਪੈਨਸ਼ਨ ਦਾ ਆ, ਮਤਲਬ ਕਿ ਉਹ ਇਸ ਨੂੰ ਇਸ ਤਰ੍ਹਾਂ ਦੇਖਦੇ ਆ ਕਿ 20,00,000 ਕਰੋੜ ਦਾ ਇਹ ਕਿਸ ਤਰ੍ਹਾਂ ਪੋਸੀਬਲ ਹੋਏਗਾ? ਨਹੀਂ ਦੇਖੋ, ਇਹ ਤਾਂ ਜਦੋਂ ਸਰਕਾਰ ਦੀ ਨੀਅਤ ਹੋਵੇ ਕਿਸ ਢੰਗ ਨਾਲ, ਉਹਦੇ 20 ਕਿਸਮ ਦੇ ਰਾਹ ਲੱਭੇ ਜਾ ਸਕਦੇ। ਇੱਕ ਚੀਜ਼ ਨੂੰ ਅੱਗੇ ਵਧਾਇਆ, ਰੁਜ਼ਗਾਰ
ਬਹੁਤ ਵਧੀਆ ਚੀਜ਼ ਹੈ। ਰੁਜ਼ਗਾਰ ਤੋਂ ਬਗੈਰ ਤੁਹਾਡੇ ਵੱਲ ਹੱਥ ਨਹੀਂ ਉੱਡੂਗਾ ਤੁਹਾਡਾ ਮਜ਼ਦੂਰ ਜੇ ਤੁਹਾਡਾ ਮਨ ਕਰਦਾ ਹੋਵੇ ਤਾਂ। ਸੋ ਸਾਨੂੰ ਲੱਗਦਾ ਸਰਕਾਰ ਜਦੋਂ ਸੋਚੂਗੀ ਉਹਨੂੰ ਇੰਪਲੀਮੈਂਟੇਸ਼ਨ ਮਿਸ਼ਨ ਕਿੱਦਾਂ ਕਰਨਾ ਕੀ ਕਰਨਾ, ਸਰਕਾਰ ਦੀ ਨੀਅਤ ਹੋਊਗੀ, ਇਹ ਚੀਜ਼ਾਂ ਹੌਲੀ ਹੌਲੀ ਸਾਰੀਆਂ ਨੇੜੇ ਆਉਣਗੀਆਂ। ਕੁਛ ਦੋ ਸਵਾਲ ਕਰਨਾ ਕਿਉਂਕਿ ਤੁਹਾਡਾ ਤੁਹਾਡੀ ਮੈਨੇਜਮੈਂਟ ਵੀ ਤੁਹਾਨੂੰ ਉਡੀਕ ਰਹੀ ਆ। ਇੱਕ ਤਰਕ ਇਹ ਵੀ ਹੈਗਾ ਮਾਹਰਾਂ ਦਾ ਵੀ ਐੱਮ ਐੱਸ ਪੀ ਕੋਈ ਹੱਲ ਨਹੀਂ ਹੈ, ਇਹਦੇ ਨਾਲੋਂ ਜ਼ਿਆਦਾ ਜ਼ੋਰ ਸਬਸਿਡੀ ਦੇ ਉੱਤੇ ਲਾਉਣਾ ਚਾਹੀਦਾ ਆ ਤਾਂ ਕਿ ਕਿਸਾਨ ਦੇ ਖਰਚੇ ਘਟਣ। ਇਸ ਲੌਜਿਕ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਦੋ ਚੀਜ਼ਾਂ ਨਾ, ਤਾਂ ਪੋਲਿਸੀ ਨਹੀਂ, ਇੱਕ ਤਾਂ ਤੁਸੀਂ ਉਹ ਨੀਤੀ ਨੂੰ ਲਾਗੂ ਕਰ ਰਹੇ ਜਿਹੜਾ ਕਹਿੰਦੇ ਨਾ ਸਬਸਿਡੀ ਦੇਣੀ ਆ ਨਾ ਮੰਡੀ 'ਚ ਰੇਟ ਲਾਉਣ ਦੇਣਾ, ਇੱਕ ਤਾਂ ਹੋ ਗਿਆ। ਜਿਵੇਂ ਮੈਂ ਵਿੱਚ ਗੱਲ ਜੋੜ ਦੇਵਾਂ ਐੱਮ ਐੱਸ ਪੀ ਨਾਲੋਂ, ਜਿਵੇਂ ਇੰਡੀਅਨ ਐਕਸਪ੍ਰੈਸ ਦੀ ਸੰਪਾਦਕੀ 'ਚ ਇਹ ਵੀ ਗੱਲ ਆਈ ਸੀ ਵੀ ਐੱਮ ਆਈ ਐੱਸ ਦੇ ਉੱਤੇ ਜ਼ੋਰ ਦੇਣਾ ਚਾਹੀਦਾ, ਮਿਨੀਮਮ ਇਨਕਮ ਸਪੋਰਟ। ਹਾਲਾਂਕਿ ਉਸਦੇ ਬਾਰੇ ਸਾਡੇ ਪੱਤਰਕਾਰ ਦੋਸਤ ਇਹ ਵੀ ਦੱਸ ਰਹੇ ਸੀ ਕਿ ਹਰਿਆਣਾ ਸਰਕਾਰ ਨੇ ਕੁਛ ਐਵੇਂ ਦਾ ਕੀਤਾ ਵੀ ਸੀ ਕਿ ਮੰਨ ਲਓ ਕਿ 30 ਰੁਪਏ ਗੋਭੀ ਹੈ, ਰੇਟ ਡਿੱਗ ਗਿਆ ਹੈ, 12 ਰੁਪਏ ਤੁਸੀਂ ਵੇਚ ਦਿਓ, 18 ਰੁਪਏ ਅਸੀਂ ਪਾਲਾਂਗੇ, ਪਰ ਉਹ ਵੀ ਮੈਨੂੰ ਲੱਗਦਾ ਉਹਨਾਂ ਸਾਲ ਬਾਅਦ ਬੰਦ ਕਰ ਦਿੱਤੀ ਸੀ। ਨਹੀਂ ਦੇਖੋ ਭਾਵੰਤਰ ਜਿਹੜੀ ਯੋਜਨਾ ਸੀ, ਅਸੀਂ ਕੀ ਕਹਿ ਰਹੇ ਹਾਂ, ਅਸੀਂ ਵੀ ਤਾਂ ਕਹਿ ਰਹੇ ਹਾਂ ਫੂਡ ਸਿਕਿਉਰਿਟੀ ਬਿਲਕੁਲ ਠੀਕ ਹੈ, ਲੀਗਲ ਗਰੰਟੀ ਬਣ ਜੇ ਵੀ ਫੂਡ ਜਿਹੜਾ ਵਾ ਉਹ ਖਰੀਦ ਮਤਲਬ ਖਰੀਦਾ ਜਾਣੇ ਸਾਡੀ ਫਸਲ, ਉਹ ਕਹਿੰਦੇ ਵੀ ਜੇ ਵਪਾਰੀ ਨਾ ਆਊਗਾ ਜੇ ਘੱਟ ਰੇਟ 'ਤੇ ਖਰੀਦੂਗਾ, ਫਿਰ ਸਰਕਾਰ ਦੀ ਗਰੰਟੀ ਤਾਂ ਹੀ ਬਣੂ ਜੇ ਐਕਟ ਹੋਊਗਾ ਬਿਲਕੁਲ। ਤਾਂ ਅਸੀਂ ਕਹਿੰਦੇ ਵੀ ਇੱਕ ਵਾਰੀ ਤੁਹਾਨੂੰ ਜਿਹੜਾ ਪਹਿਲੀ ਵਾਰ ਖਰੀਦੋਗੇ ਉਹਦੇ 3 ਰੁਪਈਏ ਲੱਗਣਗੇ, ਫਿਰ ਉਹਨੂੰ ਵੇਚੋਗੇ ਵੀ ਕਿਤੇ, ਐਂਦਾ ਨਹੀਂ ਖਰੀਦ ਕੇ ਰੱਖ ਲਓ ਜਿਵੇਂ ਤਰਕ ਦਿੰਦੇ ਨੇ ਬਿਲਕੁਲ ਵੀ ਇੰਨੇ ਲੱਖ ਕਰੋੜ ਲੱਗ ਜੂ ਨਾ, ਖਰੀਦ ਕੇ ਤੁਸੀਂ ਵੇਚਣਾ ਵੀ ਆ ਤਾਂ ਐਂਦਾ ਨਹੀਂ ਕਹਿੰਦੇ ਰੱਖੀ ਰੱਖਣਾ, ਜਾਂ ਫਿਰ ਤੁਹਾਡਾ ਵਪਾਰੀ ਖਰੀਦੂ ਉਹਨੂੰ ਪਤਾ ਵੀ ਮੈਂ ਐੱਮ ਐੱਸ ਪੀ ਤੋਂ ਹੇਠਾਂ ਨਹੀਂ ਖਰੀਦਣਾ ਹੈਗਾ, ਤਾਂ ਉਹ ਚੀਜ਼ਾਂ ਐਂ ਨਹੀਂ ਹੈਗੀਆਂ। ਇਹ 1-2 ਸਾਲਾਂ ਵਿੱਚ ਸਰਕਲ ਚੱਲ ਪਊਗਾ, ਸਰਕਾਰ ਨੂੰ ਕੋਈ ਸਮੱਸਿਆ ਨਹੀਂ ਹੋਣੀ। ਫਿਰ ਤੁਸੀਂ ਪੀ ਡੀ ਐੱਫ ਦੇਣਾ ਮਜ਼ਦੂਰ ਨੂੰ ਤਾਂ ਕਿੱਥੋਂ, ਜੇ ਤੁਸੀਂ ਸਰਕਾਰ ਨਹੀਂ ਖਰੀਦੂਗੀ ਵੇਚੂ ਕੀ ਕਹਿੰਦੇ, ਤੁਸੀਂ ਤਾਂ ਆਪ ਫੈਸਲਾ ਕਰਕੇ ਵੀ 80 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਜੀ ਸਸਤਾ ਅਨਾਜ ਦੇਣਾ ਬਿਲਕੁਲ, ਤਾਂ ਉਹ ਕਿੱਥੋਂ ਦਓਗੇ? ਤੁਸੀਂ ਖਰੀਦੋਗੇ ਤਾਂ ਦਓਗੇ, ਤਾਂ ਬਰਸਾਤਾਂ ਖਰੀਦੋ ਕਹਿੰਦਾ ਗਰੰਟੀ ਹੋ ਗਈ, ਫਿਰ ਤੁਸੀਂ ਵਿਦੇਸ਼ਾਂ ਤੋਂ ਕਿਉਂ ਮੰਗਦੇ ਦਾਲ ਅਤੇ ਤੇਲ, ਅਸੀਂ ਪੈਦਾ ਕਰਨ ਨੂੰ ਤਿਆਰ ਹਾਂ। ਐੱਮ ਐੱਸ ਪੀ ਲੀਗਲ ਗਰੰਟੀ ਕਾਨੂੰਨ ਇੱਕ ਡਾਇਵਰਸੀਫਿਕੇਸ਼ਨ ਵੀ ਹੈ, ਉਹ ਕਦੀ ਵੀ ਨਹੀਂ ਹੋਣਾ ਐੱਮ ਐੱਸ ਪੀ ਤੋਂ ਬਗੈਰ। ਬਿਲਕੁਲ ਘਾਟੇ ਵਾਲੀ ਫਸਲ ਵਾਲੇ ਪਾਸੇ ਕਿਸਾਨ ਕਿਉਂ ਆਊ? ਪਾਣੀ ਵਾਲਾ ਮਸਲਾ ਵੀ ਹੱਲ ਹੋ ਜੂ, ਜੇ ਦਾਲਾਂ ਬੀਜਿਆਂ ਸਾਡੀ ਮੰਡੀ ਦੀ ਸਿਕਿਉਰਿਟੀ ਹੋ ਜਾਏ, ਅਸੀਂ ਜਾਂਦੇ ਹੀ ਨਹੀਂ ਝੋਨੇ ਵਾਲੇ, ਨਾਲੇ ਸਾਡੀ ਫਸਲ ਨਹੀਂ ਹੈਗੀ, ਝੋਨਾ ਅਤੇ ਗੰਨਾ ਠੀਕ ਹੈ ਨਾ, ਇਹਨਾਂ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਹੈਗੀ, ਚੱਲ ਕਣਕ ਤਾਂ ਫਿਰ ਵੀ ਸੀ ਠੀਕ ਆ। ਤਾਂ ਇਸ ਕਰਕੇ ਇਹ ਤਰਕ ਬਾਹਲੇ ਠੀਕ ਨਹੀਂ ਹੈਗੇ। ਜਿੱਥੋਂ ਤੱਕ ਹੈਗਾ ਵੀ ਅਸੀਂ ਪ੍ਰਧਾਨ ਮੰਤਰੀ ਜਿਹੜੀ ਉਹ ਸਹਾਇਤਾ ਯੋਜਨਾ ਰਾਸ਼ੀ ਆ, ਅਸੀਂ ਕਹਿੰਦੇ ਛੋਟੇ ਕਿਸਾਨ ਨੂੰ ਮਿਲਣੀ ਚਾਹੀਦੀ, ਜਿਹੜਾ ਕਿੱਲੇ 1.5 ਕਿੱਲੇ ਵਾਲਾ, ਉਹਦੀ ਇੰਨੀ ਪੈਦਾਵਾਰ ਤਾਂ ਹੈ ਨਹੀਂ। ਹਾਂ, ਦੂਜਾ ਕਿਸਾਨ ਜਿਹੜਾ 5 ਕਿੱਲੇ ਤੋਂ ਤਾਹਾਂ ਵਾ, ਜੇ ਉਹਨੂੰ ਐੱਮ ਐੱਸ ਪੀ ਮਿਲ ਗਈ ਉਹਦਾ ਗੁਜ਼ਾਰਾ ਹੋ ਜੂਗਾ, ਉਹਨੂੰ ਫਾਇਦੇ 'ਚ ਮਿਲਣੀ ਨਾ 3 ਕਿੱਲੇ। ਛੋਟੇ ਕਿਸਾਨ ਦੀ ਸਮੱਸਿਆ ਰਹਿ ਜੂ ਵੀ ਯਾਰ ਮੇਰੇ ਕੋਲ ਤਾਂ ਇੰਨੀ ਨਹੀਂ ਹੈਗਾ, ਤਾਂ ਅਸੀਂ ਤਾਂ ਕਿਹਾ ਖੇਤੀ ਨੂੰ ਵੀ ਨਰੇਗਾ 'ਚ ਪਾ ਲਓ, ਹੁਣ ਕਿਸਾਨ ਵੀ ਦਿਹਾੜੀ ਕਰ ਲਏ ਕੀ ਰੌਲਾ, ਠੀਕ ਆ, ਆਪਣੀ ਖੇਤੀ 'ਚ ਕੰਮ ਵੀ ਕਰ ਲਈਏ, ਤਾਂ ਅਸੀਂ ਖੇਤੀ ਦੇ ਵਿੱਚ ਰੁਜ਼ਗਾਰ ਦੇ ਸੰਸਾਧਨ ਬਹੁਤ ਜ਼ਿਆਦਾ ਨੇ, ਐਡਾ ਵੱਡਾ ਕੋਈ ਅਦਾਰਾ ਨਹੀਂ ਮਿਲਣਾ ਜਿਹੜਾ ਰੁਜ਼ਗਾਰ ਤੁਹਾਨੂੰ, ਅਤੇ ਜੇ ਇੰਨੇ ਲੋਕ ਪਹਿਲਾਂ ਤਾਂ ਬੇਰੁਜ਼ਗਾਰੀ ਸਿਰੇ ਦੀ ਆ, ਜੇ ਆਹ ਖੇਤਾਂ 'ਚੋਂ ਕੱਢ ਲਏ ਖੜਨੇ ਕਿਤੇ ਆ ਬਿਲਕੁਲ, ਤਾਂ ਮਤਲਬ ਉਹਨਾਂ ਦੇ ਤਰਕ ਜਾਣੀ ਖੇਤੀ 'ਤੇ ਰੌਲਾ ਹੀ ਹੋਣ ਪੈ ਰਿਹਾ ਨਾ। ਹੁਣ ਸਵਾਲ ਕੀ ਆ ਕਿ ਕਿਉਂ ਰੌਲਾ ਪੈ ਰਿਹਾ, ਇਹਦੇ ਸਿਆਸੀ ਐਨਾਲਿਸਿਸ ਕਰਨੀ ਚਾਹੀਦੀ ਵੀ ਭਾਜਪਾ ਵੋਟ ਕਿੱਥੋਂ ਕੱਢਣਾ ਚਾਹੁੰਦੀ ਆ, ਜਾਂ ਸਾਰੀਆਂ ਪਾਰਟੀਆਂ, ਭਾਜਪਾ ਵੋਟ ਖੇਤੀ ਨੂੰ ਲਾਹੇਮੰਦ ਕਿੱਤਾ ਬਣਾ ਕੇ ਨਹੀਂ ਕੱਢਣਾ ਚਾਹੁੰਦੇ, ਲੋਕਾਂ ਨੂੰ ਰੁਜ਼ਗਾਰ ਦੇ ਕੇ ਨਹੀਂ ਵੋਟ ਲੈਣਾ ਚਾਹੁੰਦੇ, ਉਹ ਤਾਂ ਇੱਕ ਸੌਫਟ ਹਿੰਦੂ
ਦਾ ਏਜੰਡਾ ਅੱਗੇ ਲੈ ਕੇ ਕਰਨਾ ਚਾਹੁੰਦੇ ਆ, ਠੀਕ ਆ, ਉਹਦੇ ਤੋਂ ਉਹ ਜਾ ਰਹੀ ਹੈ। ਜਿਵੇਂ ਸਾਡੇ ਪੰਜਾਬ ਵਿੱਚ ਇੱਕ ਪੰਥ ਦੇ ਨਾਂ 'ਤੇ ਵੋਟਾਂ ਮਿਲਦੀਆਂ ਸੀ, ਤਾਂ ਉਹ ਬਾਕੀ ਵਿਕਾਸ ਤਾਂ ਉਹਨਾਂ ਪੰਜਾਬ ਦਾ ਦੇਖਿਆ ਨਹੀਂ, ਤਾਂ ਗੁਰੂ ਦੇ ਨਾਂ 'ਤੇ ਵੋਟਾਂ ਮੰਗਦੇ ਉਹ ਚੱਲਿਆ ਨਹੀਂ ਫਿਰ ਲੰਮਾ ਸਮਾਂ। ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਜੀਣ ਵਾਸਤੇ ਤਾਂ ਯਾਰ ਆਹ ਚੀਜ਼ਾਂ ਵੀ ਚਾਹੀਦੀਆਂ ਹੁਣ, ਠੀਕ ਆ। ਤਾਂ ਜਿਵੇਂ ਅਸਲ ਵਿੱਚ ਇਹਦਾ ਮਤਲਬ ਉਹਨਾਂ ਦੇ ਏਜੰਡੇ 'ਤੇ ਖੇਤੀ ਦਾ ਵਿਕਾਸ ਹੈ ਨਹੀਂ ਜੀ, ਸਮਝ ਆਈ ਨਾ, ਕਾਰਪੋਰੇਟ ਦਾ ਵਿਕਾਸ ਅਤੇ ਜਾਂ ਹਿੰਦੂ ਵਾਲੀ ਗੱਲ ਉਭਾਰ ਕੇ, ਠੀਕ ਆ, ਉਹ ਕਿਉਂਕਿ ਧਰਮ ਨਾਲ ਹਰ ਇੱਕ ਦੇ ਇਮੋਸ਼ਨ ਜੁੜੇ ਹੁੰਦੇ ਆ, ਅਤੇ ਲੋਕਾਂ ਨੂੰ ਇਮੋਸ਼ਨ ਵਹਾ 'ਚ ਵਹਾ ਕੇ ਇਲੈਕਸ਼ਨਾਂ ਜਿੱਤਣਾ ਚਾਹੁੰਦੇ ਆ, ਅਤੇ ਫਿਰ ਖੇਤੀ ਹੁਣ ਦਸਾਂ ਦਿਨਾਂ 'ਚ ਏਜੰਡਾ ਬਣ ਜੂ, ਬਿਲਕੁਲ, ਉਹ ਫਿਰ ਜ਼ਰੂਰ ਇਹ ਗੱਲਾਂ ਉਹਨਾਂ ਕੋਲ ਟੈਕਨੀਕਲ ਆਹ ਚੁੱਕ ਲਓ, ਉਹ ਚੁੱਕ ਲਓ, ਆਹ ਹੋ ਜੂ, ਜਾ ਹੋ ਜੂ। ਮੈਂ ਵੀ ਦੇਣਾ ਵੀ ਖੁਦ ਜਿਹੜੇ ਰੌਲਾ ਪੈ ਰਿਹਾ ਨਾ ਵੀ ਯਾਰ ਦੇਸ਼ ਦਾ ਇੱਕ ਵੱਡਾ ਹਿੱਸਾ ਜਿਹੜਾ ਇਹਨਾਂ ਦੇ ਪੈਸਾ ਲੱਗੂ। MSP ਗਰੰਟੀ ਕਾਨੂੰਨ ਦੇਣ 'ਤੇ ਅੱਡ ਅੱਡ ਨੇ ਕੋਈ ਮਾਹਰ ਸਿੱਧਾ ਕਹਿ ਰਿਹਾ ਵੀ 21,000 ਕਰੋੜ ਰੁਪਈਆ ਲੱਗੂ। ਦਪਿੰਦਰ ਸ਼ਰਮਾ ਕਹਿੰਦਾ ਵੀ 36,000 ਕਰੋੜ ਰੁਪਈਆ ਉਹਨੂੰ ਸਰਕਲ ਨੂੰ ਚਲਾਉਣ ਲਈ ਲੱਗੂਗਾ, ਕੋਈ ਕਹਿੰਦਾ ਚੱਲ ਵੱਧ ਤੋਂ ਵੱਧ 2,50,000 ਕਰੋੜ ਰੁਪਈਆ ਲੱਗੂਗਾ, ਤਾਂ ਕਿੱਡੀ ਕੁ ਵੱਡਾ ਰਕਮ, ਠੀਕ ਹੈ। ਇਹਦੇ ਨਾਲ ਡੈੱਡ ਲੋਕ ਤੋੜ ਕੇ ਅੱਗੇ ਵਧਿਆ ਜਾ ਸਕਦਾ ਵਾ, ਪਰ ਦੇ ਅਖਲ ਨੀਅਤ ਹੋਵੇ ਤਾਂ ਨਾ, ਜੇ ਦੇਣਾ ਨਹੀਂ ਚਾਹੁੰਦੇ ਫਿਰ ਕੀ ਕਰਨਾ। ਤੁਹਾਡੀ ਜਿਹੜੀ ਕੱਲ੍ਹ ਪਰਸੋਂ ਮੀਟਿੰਗ ਹੋਈ ਸੀ ਉਸ ਦੇ ਵਿੱਚ ਤੁਹਾਡੀ ਸਹਿਮਤੀ, ਤੁਸੀਂ ਕੁਛ ਇਸ ਤਰ੍ਹਾਂ ਦਾ ਕਿਹਾ ਸੀ ਵੀ ਮੁੱਖ ਮੰਤਰੀ ਪੰਜਾਬ ਨੂੰ ਕਿ ਤੁਸੀਂ NGT ਅਤੇ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਖੜ੍ਹੇ ਹੋ ਕੇ ਕਿਸਾਨਾਂ ਦੇ ਮਸਲੇ, ਉਹ ਮਸਲਾ ਕੀ ਸੀ? ਕਿਉਂਕਿ ਜਿੱਥੋਂ ਤੱਕ ਖਬਰਾਂ ਆ ਰਹੀਆਂ ਉਹ ਤਾਂ ਇਹ ਆ ਰਹੀਆਂ ਵੀ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਹੈਗੇ ਪੰਜਾਬ ਉਹ ਤੁਹਾਨੂੰ ਬਹੁਤ ਸਪੋਰਟ ਕਰ ਰਹੇ ਹੈ, ਤੁਹਾਡੇ ਵਿਚੋਲੀਏ ਬਣ ਕੇ ਮੀਟਿੰਗ ਕਰਵਾ ਰਹੇ ਨੇ। ਦੇਖੋ ਉਹਦੇ 'ਚ ਦੋ ਗੱਲਾਂ ਸੀ, ਉਹ ਕਹਿੰਦੇ ਪੋਲਿਊਸ਼ਨ ਐਕਟ ਦੇ ਵਿੱਚ ਉਹ ਸੀਗਾ ਖੇਤੀ ਬਾਹਰ ਕੱਢ ਦਿਓ, ਠੀਕ ਹੈ, ਠੀਕ ਹੈ, ਵੀ ਸਾਡਾ ਨਾਂ ਸਿਆਪਾ ਨਾ ਰਹੇ। ਉਹ ਕਹਿੰਦੇ ਚੱਲ ਇਹ ਨਹੀਂ ਹੈਗਾ, ਪਰਾਲੀ ਵਾਲਾ ਮਸਲਾ ਵੱਡਾ ਵਾ ਅਤੇ ਅਸੀਂ ਉਹਨੂੰ ਪਾਸੇ ਕਰ ਲਿਆ ਵੀ ਜੋ ਵੀ ਕਰੇਲੇ ਦੇ ਵਿੱਚ ਵੇਸਟ ਨੂੰ ਅੱਗ ਲਾਈ ਜਾਂਦੀ ਆ ਉਹਨੂੰ ਕ੍ਰਿਮੀਨਲ ਐਕਟ ਦੇ ਵਿੱਚ ਨਾ ਰੱਖਿਆ ਜਾਏ, ਫੌਜਦਾਰੀ 'ਚ ਨਾ ਰੱਖਿਆ, ਠੀਕ ਹੈ, ਠੀਕ ਆ। ਹੁਣ ਅਸੀਂ ਕਹਿ ਰਹੇ ਵੀ ਆਹ ਸਾਤੇ ਤਾਂ ਜੁਰਮਾਨਾ ਵੀ ਹੋਇਆ, ਰੈੱਡ ਇੰਟਰੀ ਵੀ ਪੈ ਗਈ ਅਤੇ ਕੇਸ ਵੀ ਪਏ, ਤਾਂ ਜੋ ਤੁਸੀਂ ਕਹਿੰਦੇ ਉਹ ਤਾਂ ਲਾਗੂ ਨਹੀਂ। ਉਹ ਕਹਿੰਦੇ ਜੀ ਲਾਗੂ ਕਰਨ ਦਾ ਸਵਾਲ ਹੈਗਾ, ਫਿਰ ਕਹਿੰਦੇ ਜੀ ਇਹ ਅਸੀਂ ਤਾਂ ਕੁਛ ਨਹੀਂ ਕਰਨਾ ਚਾਹੁੰਦੇ, ਇਹ ਸੁਪਰੀਮ ਕੋਰਟ ਆ। ਅਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜੇ ਪਰਾਲੀ ਨੂੰ ਅੱਗ ਨਹੀਂ ਲੱਗਣੀ ਤਾਂ ਕੋਈ ਸਹਾਇਤਾ ਰਾਸ਼ੀ ਦਿਓ, ਉੱਥੇ ਤੱਕ ਬੋਲਿਆ ਨੇ ਵੀ ਪਰ ਕੁਇੰਟਲ 100 ਰੁਪਇਆ ਆਇਆ ਸੀ, ਕਿਸੇ ਨੇ ਨਹੀਂ ਦਿੱਤਾ ਹੈਗਾ। ਉਹ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਕਿਹਾ ਸੀ ਵੀ 2.5-3 ਕਿੱਲਿਆਂ ਦਾ ਸਾਰਾ ਪ੍ਰਬੰਧ ਤੁਸੀਂ ਕਰ ਲਓ ਪਰਾਲੀ ਨੂੰ, ਤੁਸੀਂ ਕਰ ਲਏ ਸਰਕਾਰ ਸੀ ਕਿਹੜਾ ਡੱਕਦੇ ਆ, ਜਿਹੜੀ ਸਾਡੇ ਵਾਲੀ ਗੱਲ ਤਾਂ ਲਾਗੂ ਨਹੀਂ ਹੁੰਦੀ ਉੱਧਰ ਵਾਲੀ ਗੱਲ। ਯਾਨੀ ਇੱਕ ਦਿੱਲੀ ਦਾ ਪ੍ਰਦੂਸ਼ਣ ਅੱਜ ਪੋਲੀਟੀਕਲ ਇਸ਼ੂ ਆ, ਉਹਦੇ 'ਚ ਪੰਜਾਬ ਪਿਸਦਾ ਸਵਾਲ ਤਾਂ ਇਹ ਵੀ ਇੱਕ ਨੈਰੇਟਿਵ ਹੈ, ਕਿਸਾਨ ਪੋਲਿਊਸ਼ਨ ਕਰਦਾ ਆ ਦਿੱਲੀ ਵਾਲੇ ਪੋਲਿਊਸ਼ਨ ਨੂੰ। ਇਸ ਦੇ ਬਾਰੇ ਜਿਵੇਂ ਪੰਜਾਬੀ ਯੂਨੀਵਰਸਿਟੀ ਦੇ VC ਡਾਕਟਰ ਅਰਵਿੰਦ ਨੇ ਬਹੁਤ ਦਲੀਲ ਦੇ ਨਾਲ ਇੱਕ ਪੰਜਾਬੀ ਟ੍ਰਿਬਿਊਨ 'ਚ ਲੇਖ ਲਿਖਿਆ ਸੀ ਕਿ ਇਹ ਬਹੁਤ ਮਿਸਪਰਸੈਪਸ਼ਨ ਦਿੱਤੀ ਜਾ ਰਹੀ ਹੈ ਕਿ ਕਿਸਾਨ ਪ੍ਰਦੂਸ਼ਣ ਫੈਲਾਉਂਦਾ ਆ, ਜਦੋਂ ਕਿ ਕਿਸਾਨ ਨਾਲੋਂ ਵੱਧ ਪ੍ਰਦੂਸ਼ਣ ਹੋਰ ਬਹੁਤ ਸਾਰੀਆਂ ਚੀਜ਼ਾਂ ਫੈਲਾ ਰਹੀ। ਸਹੀ ਵਜ੍ਹਾ ਵਾ ਤੁਹਾਡੀ, ਮੈਂ ਤਾਂ ਹੀ ਕਹਿੰਦਾ ਵੀ ਇਹ ਚੀਜ਼ਾਂ ਇਸ ਢੰਗ ਨਾਲ ਹੈਗੀਆਂ। ਆਖਰੀ ਸਵਾਲ ਦੇ ਨਾਲ ਮੈਂ ਕਰਾਂਗਾ, ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਹੁਣ ਤੁਸੀਂ ਇੱਥੇ ਬੈਠੇ ਹੋਏ ਹੋ, ਇੱਥੋਂ ਅੱਗੇ ਕਿਵੇਂ ਜਾਣਾ ਹੈ ਉਹ ਤੁਹਾਡਾ ਆਪਣੀ ਨੀਤੀ ਹੋ ਸਕਦੀ ਹੈ, ਸਰਕਾਰ ਨਾਲ ਕਿਸ ਤਰ੍ਹਾਂ ਦਾ ਆ, ਪਰ ਜਿਸ ਤਰ੍ਹਾਂ ਖੇਤੀਬਾੜੀ ਦੇ ਅੰਦਰ ਇਹ ਸਾਰੀ ਪ੍ਰੋਸੈਸ ਹੈ ਵੀ ਕਰਜ਼ੇ ਦੀ ਗੱਲ ਹੋ ਰਹੀ ਹੈ, ਫੂਡ ਸਿਕਿਉਰਿਟੀ ਦੀ ਗੱਲ ਹੋ ਰਹੀ, ਕਿਸਾਨ ਦੀ ਖੁਸ਼ਹਾਲ ਜ਼ਿੰਦਗੀ ਦੀ ਗੱਲ ਹੋ ਰਹੀ ਹੈ, ਉਸੇ ਤਰ੍ਹਾਂ ਤੁਹਾਡੇ ਤੋਂ ਤੁਸੀਂ ਜੇ 10 ਕਿਲੋਮੀਟਰ 15 ਕਿਲੋਮੀਟਰ ਬੈਕ ਜਾਓਗੇ ਤਾਂ ਇੱਥੇ ਰਾਜਪੁਰਾ ਥਰਮਲ ਪਲਾਂਟ ਹੈ। ਰਾਜਪੁਰਾ ਥਰਮਲ ਪਲਾਂਟ ਦੇ ਨੇੜੇ ਤੇੜੇ ਦੇ ਕਿਸਾਨ ਲਗਾਤਾਰ ਇਹ ਕਹਿ ਰਹੇ ਨੇ ਕਿ ਸਾਨੂੰ ਸਾਹ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਆ, ਕਿਤੇ ਇਹ ਨਾ ਹੋਵੇ ਕਿ ਬਠਿੰਡਾ ਤੋਂ ਬਾਅਦ ਅਗਲੀ ਕੈਂਸਰ ਬੈਲਟ ਰਾਜਪੁਰਾ ਤੋਂ ਮੋਹਾਲੀ ਬਣ ਜਾਵੇ।
ਇਸ ਦੇ ਬਾਰੇ ਵੀ ਜ਼ਰੂਰ ਮਤਲਬ ਮੈਨੂੰ ਸੀ ਕਿ ਤੁਹਾਡੀ ਜਥੇਬੰਦੀਆਂ ਦੇ ਧਿਆਨ 'ਚ ਇਹ ਮਸਲਾ ਆਉਣਾ ਚਾਹੀਦਾ ਆ। ਹਾਂ ਦੇਖੋ, ਜਿਹੜੇ ਇੱਕ ਬਿਜਲੀ ਐਕਟ ਨੂੰ ਪ੍ਰਾਈਵੇਟਾਈਜ਼ੇਸ਼ਨ ਨਾਲ ਜਿੱਧਰ ਖੜਿਆ ਗਿਆ ਵੀ ਬੱਤੀ ਪੈਦਾ ਕਰਨ ਦੇ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ, ਤਾਂ ਬਹੁਤ ਕੁਛ ਜਿਹੜੀ ਮੈਜਰਮੈਂਟ ਉਹਨਾਂ ਨੂੰ ਕਰਨੀ ਚਾਹੀਦੀ ਉਹਨਾਂ ਨੇ ਨਹੀਂ ਕੀਤੀ ਹੈਗੀ। ਇਹ ਅਸੀਂ ਦੇਖਦੇ ਹਾਂ ਬਹੁਤ ਸਾਰੀ ਇੰਡਸਟਰੀ ਆ ਪੰਜਾਬ ਦੇ ਵਿੱਚ ਜਿਹੜੀ ਲੱਗ ਨਹੀਂ ਸਕਦੀ, ਫਿਰ ਵੀ ਨਿਯਮਾਂ ਦੀ ਉਲੰਘਣਾ ਕਰਕੇ। ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਉਹ 'ਚ ਕੰਟਰੋਲ ਨਹੀਂ ਹੈਗਾ, ਪੋਲਿਊਸ਼ਨ ਬੋਰਡ ਆ ਵੀ ਕੰਟਰੋਲ ਤਾਂ ਹੈ ਨਹੀਂ। ਜੇ ਨਿਯਮ ਹਰ ਨਿਯਮ ਰੀਜਨਲ ਲੱਗਿਆ ਹੁੰਦਾ ਤਾਂ ਸ਼ਾਇਦ ਸਮੱਸਿਆਵਾਂ ਨਾ ਆਉਂਦੀਆਂ। ਤਾਂ ਇਹ ਹੁੰਦਾ ਹਰ ਮੁੱਖ ਮੰਤਰੀ ਦਾ ਜੀ ਮੇਰੇ ਸਟੇਟ ਦੇ ਵਿੱਚ ਇੰਨਾ ਨਿਵੇਸ਼ ਹੋ ਗਿਆ ਜੀ, ਇੰਨੀ ਇੰਡਸਟਰੀ ਆ ਗਈ ਜੀ, ਇੰਨਾ ਰੁਜ਼ਗਾਰ ਮਿਲ ਗਿਆ, ਉਹ ਇਹਦੇ ਮਗਰ ਪਏ ਹੁੰਦੇ, ਨਾ ਕਿ ਦੇਖਦੇ ਵੀ ਲੋਕਾਂ ਦੀ ਸਿਕਿਉਰਿਟੀ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਹੈ, ਫਿਰ ਕੋਈ ਇੰਡਸਟਰੀ ਲੱਗੇ ਇਸ ਇੰਡਸਟਰੀ ਦੇ ਵਿਰੋਧੀ ਹੋ ਰਹੇ। ਤਾਂ ਮਤਲਬ ਇਹ ਸਭ ਤੋਂ ਵੱਧ ਤਾਂ ਪੋਲੂਟਡ ਇਹ ਕਰਦੇ ਨੇ ਜਿਹਦੇ ਵਿੱਚ ਕੋਲਾ ਬਾਲਣਾ ਹੈਗਾ, ਯਾਨੀ ਇਹ ਤੋਂ ਬਾਅਦ ਤਾਂ ਦੋਹਰੇ ਮਾਪਦੰਡ ਨੇ। ਬਿਜਲੀ ਪੈਦਾ ਤਾਂ ਤੁਸੀਂ ਨਹਿਰਾਂ ਤੋਂ ਵੀ ਕਰ ਸਕਦੇ ਹੋ, ਬਹੁਤ ਸਾਰੇ ਢੰਗ ਹੋਰ ਹੋ ਸਕਦੇ ਆ, ਪਰ ਇਹਨਾਂ ਨੂੰ ਲੱਗਾ ਵੀ ਇਹਨਾਂ ਨੇ ਕੋਈ ਸਮਝੌਤੇ ਕੀਤੇ ਹੋਏ ਉਹ ਇਸ ਢੰਗ ਨਾਲ ਕਰਨਾ ਚਾਹੁੰਦੇ ਨੇ, ਤਾਂ ਆਸਥਾ ਰੱਖਾਂਗੇ ਵੀ ਸਾਡੀ ਸਰਕਾਰ ਸਾਡੀ ਜਾਨ ਮਾਲ ਦੀ ਰਾਖੀ ਦੀ ਸਭ ਤੋਂ ਵੱਧ ਫਿਕਰਮੰਦ ਹੋ ਕੇ ਇਹੋ ਜਿਹੇ ਫੈਸਲੇ ਕਰੂ ਜੀ। ਸੋ ਪਿਆਰੇ ਦਰਸ਼ਕੋ, ਮੈਂ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਹੋਣਾ ਨਾਲ ਗੱਲ ਕਰ ਰਿਹਾ ਸਾਂ, ਅਤੇ ਉਹਨਾਂ ਨੇ ਬਹੁਤ ਵਿਸਥਾਰ ਦੇ ਨਾਲ ਇਹ ਦੱਸਿਆ ਹੈ ਕਿ ਕਿਸਾਨੀ ਜ਼ਿੰਦਗੀ ਕੀ ਆ, ਉਸ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਕੀ ਨੇ, ਉਸ ਦੇ ਵਿੱਚ ਕੀ ਰੁਕਾਵਟਾਂ ਨੇ, ਉਹ ਜ਼ਿੰਦਗੀ ਖੁਸ਼ਹਾਲ ਕਿਵੇਂ ਹੋਣੀ ਚਾਹੀਦੀ, ਉਸ ਦੇ ਵਿੱਚ ਸਰਕਾਰ ਦਾ ਕੀ ਸਹਿਯੋਗ ਹੋਣਾ ਚਾਹੀਦਾ, ਅਤੇ ਕਿਸਾਨ ਹਿੰਸਾ ਨਹੀਂ ਕਰ ਰਿਹਾ। ਰਿਪੋਰਟ ਦੇ ਮੁਤਾਬਕ ਜੋ ਭੰਦੇਰ ਸਾਹਿਬ ਕਹਿ ਰਹੇ ਆ ਕਿ 200 ਤੋਂ ਵੱਧ ਕਿਸਾਨ ਜ਼ਖਮੀ ਹੋਇਆ ਪਿਆ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਤਾਂ ਆਪਣਾ ਇੱਕ ਜਮਹੂਰੀ ਹੱਕ ਲੈਣ ਜਾ ਰਹੇ ਹਾਂ, ਅਤੇ ਉਸ ਦੇ ਲਈ ਅਸੀਂ ਇੱਕ ਖਾਸ ਸਟੇਜ ਦੇ ਉੱਤੇ ਆਪਣੀ ਗੱਲ ਕਹਿਣਾ ਚਾਹੁੰਦੇ ਹਾਂ। ਆਵਾਜ਼ ਨੂੰ ਕਹਿਣਾ ਅਤੇ ਆਵਾਜ਼ ਨੂੰ ਸੁਣਨਾ ਇਹ ਲੋਕਤੰਤਰ ਦੀ ਦੋ ਪਾਸੇ ਦੀ ਆਪਸੀ ਇੱਕ ਦੂਜੇ ਦੀ ਪ੍ਰਕਿਰਿਆ ਹੁੰਦੀ ਆ। ਇਸ ਦੇ ਵਿੱਚੋਂ ਇਤਿਹਾਸ ਸਾਡੇ ਕੋਲ ਆ, 1988 ਦੇ ਵਿੱਚ ਪਹਿਲਾ ਮੌਕਾ ਸੀ ਜਦੋਂ ਇੰਨਾ ਵੱਡਾ ਇਕੱਠ ਮਹਿੰਦਰ ਸਿੰਘ ਟਿਕਾਇਤ ਹੋਣਾ ਨੇ ਵੋਟ ਕਲੱਬ ਲਾਉਣ ਦੇ ਵਿੱਚ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ 2020 ਦਾ ਅਸੀਂ ਅੰਦੋਲਨ ਦੇਖਿਆ ਆ, ਅਤੇ 3 ਸਾਲ ਬਾਅਦ ਆ ਕੇ 2024 ਦੇ ਵਿੱਚ ਦੁਬਾਰਾ ਕਿਸਾਨ ਉੱਥੇ ਹੀ ਖੜ੍ਹਾ ਆ। ਇਹ ਵਾਰ ਵਾਰ ਇਕੱਠ ਕਿਉਂ ਹੋ ਰਹੇ ਨੇ, ਇਹ ਇਕੱਠ ਨਾ ਹੋਣ, ਇਸ ਦੇ ਬਾਰੇ ਤਾਂ ਸਰਕਾਰ ਦੀ ਨੀਤੀ ਅਤੇ ਉਸ ਦੀ ਨੀਤ ਦੇ ਉੱਤੇ ਚੀਜ਼ਾਂ ਡਿਪੈਂਡ ਕਰਦੀਆਂ ਨੇ। ਸੋ ਅੱਗੇ ਵੀ ਗੱਲਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਕਿਸਾਨੀ ਦੀ ਜ਼ਿੰਦਗੀ ਅਤੇ ਖੇਤੀਬਾੜੀ ਦੇ ਬਾਰੇ ਗੱਲਾਂ ਕਰਨੀਆਂ ਲਗਾਤਾਰ ਇੱਕ ਲੰਮੀ ਚਰਚਾ ਆ ਜੋ ਹੋਣੀ ਚਾਹੀਦੀ ਆ। ਸਤਿ ਸ਼੍ਰੀ ਅਕਾਲ।